ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀਟੀਸੀ ਸ਼ੋਕੇਸ ਤੇ ਮੈਂ ਹਾ ਤੁਹਾਡੇ ਨਾਲ ਸੁਣਾ ਲਈ ਵੈਲ ਗਾਇਸ ਯੂਜੂਲੀ ਕੀ ਹੁੰਦਾ ਹੈ ਜਿਹੜੇ ਫੁੱਫੜ ਹੁੰਦੇ ਹਨ ਨਾ ਉਹਨਾਂ ਨੂੰ ਵਿਆਹਾਂ ਦੇ ਵਿੱਚ ਬਹੁਤ ਪ੍ਰੈਫਰੈਂਸ ਮਿਲਦੀ ਹੈ ਮਤਲਬ ਹਮੇਸ਼ਾ ਹਰ ਕੋਈ ਟਰਾਈ ਕਰਦਾ ਹੈ ਕਿ ਯਾਰ ਇਹ ਨਾ ਹੋ ਜਾਏ ਕਿ ਤੇ ਫੁੱਫੜ ਜੀ ਨਾਲ ਗੁੱਸਾ ਹੋ ਜਾਏ ਐਂਡ ਸੋ ਔਨ ਵੈਸੇ ਫੁੱਫੜ ਜੀ ਜੇ ਇੱਕ ਵਾਰ ਗੁੱਸਾ ਹੋ ਜਾਏ ਨਾ ਤਾਂ ਉਹਨਾਂ ਨੂੰ ਮਨਾਉਣ ਦੇ ਵਿੱਚ ਬਹੁਤ ਟਾਈਮ ਲੱਗਦਾ ਹੈ ਆਈ ਥਿੰਕ ਵਾਟ ਟਾਈਮ ਵੇਸਟ ਹੁੰਦਾ ਹੈ ਬਟ ਵਾਟ ਅਬਾਊਟ ਦਿਸ ਫੁੱਫੜ ਜੀ ਇਹਨਾਂ ਨੂੰ ਕਿੰਨਾ ਟਾਈਮ ਲੱਗਿਆ ਹੋਵੇਗਾ ਨਾ ਮਨਾਉਣ ਦੇ ਵਿੱਚ आई I मीन mean, बनान ਦੇ ਵਿੱਚ ਫੁੱਫੜ ਜੀ ਬਣਾਨ ਦੇ ਵਿੱਚ ਸੋ ਫਿਲਮ ਆ ਰਹੀ ਹੈ ਜੀ ਫੁੱਫੜ ਜੀ ਉਸ ਤੇ ਜਿਹੜੇ ਮੇਨ ਲੀਡ ਨੇ ਬੀਨੂ ਟਿੱਲੋ ਜੀ ਮੇਰੇ ਨਾਲ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਗੁੱਡ ਠੀਕ ਹੈ ਅੱਛਾ ਐਦਾਂ ਦੇ ਹੁੰਦੇ ਆ ਫੁੱਫੜ ਜੀ ਨੇ ਸਿਰਫ ਇੱਕ ਇੱਕ ਵਰਡ ਦੇ ਵਿੱਚ ਆਨਸਰ ਕਰਦੇ ਨੇ ਤੇ ਬਿਲਕੁਲ ਐਦਾਂ ਅੱਛਾ ਬੀਨੂ ਜੀ ਕੀ ਲੱਗਦਾ ਹੈ ਟਾਈਟਲ ਕੀ ਸੋਚ ਕੇ ਰੱਖਿਆ ਹੋਏਗਾ ਫੁੱਫੜ ਜੀ ਟਾਈਟਲ ਫੁੱਫੜ ਨੂੰ ਫੁੱਫੜ ਨੂੰ ਸੋਚ ਕੇ ਰੱਖਿਆ ਫਪੜ ਦੀ ਕਿਉਂਕਿ ਸਾਡਾ ਜਿਹੜਾ ਵਿਰਸਾ ਵਿਰਾਸਤ ਹੈ ਨਾ ਜੀ ਕਲਚਰ ਜਿਹੜੇ ਆਪਾਂ ਹੈਗੇ ਆ ਲੋਕ ਤਾਂ ਉਹ ਪਿਛਲੇ ਵਿਰਾਸਤ ਨੂੰ ਆਪਾਂ ਭੁੱਲਦੇ ਜਾ ਰਹੇ ਹਾਂ ਜਿੰਨਾ ਕਿਤੇ ਹੁਣ ਸਾਰੇ ਲੋਕ ਅੰਕਲਾ ਚ ਤਬਦੀਲ ਹੋ ਗਏ ਪੁੱਪੜ ਚਾਚੇ ਮਾਮੇ ਤਾਏ ਪੂਆ ਜਿਹੜੀਆਂ ਚਾਚੀਆਂ ਤਾਇੀਆਂ ਉਹ ਸਾਰੀਆਂ ਆਂਟੀਆਂ ਬਣ ਗਈਆਂ ਇਹ ਸਾਰੇ ਲੋਕ ਅੰਕਲ ਬਣ ਗਏ ਤਾਂ ਅਸੀਂ ਘਰਾਂ ਚੋਂ ਤਰੱਕੀ ਕਰਨ ਦੇ ਨਾਮ ਦੇ ਉੱਤੇ ਬਾਹਰ ਤਾਂ ਨਿਕਲ ਲਿਆ ਆਈਸੋਲੇਟ ਹੋ ਗਏ ਹਨਾ ਜੀ ਜਦੀਕਰ ਛੱਡ ਕੇ ਆਉਣਾ ਚਾਹੀਦਾ ਵੱਡੀ ਵੱਡੀ ਗੱਲ ਹੈ ਪਰ ਬੱਚਿਆਂ ਦੇ ਵਿੱਚ ਹੁਣ ਉਹ ਨਹੀਂ ਪਤਾ ਉਹਨਾਂ ਨੂੰ ਆ ਫੁੱਫੜ ਚਾਚੇ ਮਾਮੇ ਤਾਇਆ ਦੀ ਅਹਿਮੀਅਤ ਦਾ ਨਹੀਂ ਪਤਾ ਕਿਉਂਕਿ ਉਹ ਅੰਕਲਾਂ ਚ ਤਬਦੀਲ ਕਰ ਦਿੱਤੇ ਗਏ ਹਨਾ ਪਹਿਲਾਂ ਜਦੋਂ ਫੁੱਫੜ ਜਾਂ ਚਾਚਾ ਦੇਖੋ ਘਰ ਦੇ ਵਿੱਚ ਨਾ ਕੱਚੇ ਬੇੜਿਆਂ ਦੇ ਵਿੱਚ ਜੋ ਛੜਕਾ ਕਰਨਾ ਗਰਮੀਆਂ ਦਿਨੇ ਛੜਕਾ ਕਰ ਦੋ ਬੰਜੇ ਫੜ ਫੜ ਡਾਓ ਮੰਜੇ ਅੰਦਰੋਂ ਨਵੀਂ ਚਾਦਰ ਜਾਂ ਨਵੀਂ ਦਰੀ ਆਪ ਬੁਣੀ ਹੋਈ ਕੱਢ ਕੇ ਉੱਤੇ ਵਿਛਾਉਣੀ ਤਾਂ ਅਸਨ ਜੇ ਪਤਾ ਲੱਗਦਾ ਸੀ ਵੀ ਇਹ ਅੱਜ ਇੰਨਾ ਫਰਕ ਕਿਉਂ ਕੀ ਚੱਕਰ ਹੈ ਕਹਿੰਦੇ ਫਫੜਨੇ ਆਉਣਾ ਹੈ ਹਨਾ ਤਾਂ ਇਦਾਂ ਦਾ ਸਿਕਰ ਹੁੰਦਾ ਸੀਗਾ ਹੁਣ ਉਹੀ ਫੁੱਫੜ ਅੰਕਲ ਬਣਿਆ ਹੋਇਆ ਬੱਚਿਆਂ ਨੂੰ ਪਤਾ ਹੈ ਨਹੀਂ ਵੀ ਕੀ अहमियत ਹੈ ਇਸ ਚੀਜ਼ ਦੀ ਮੋਬਾਈਲਾਂ ਚ ਬਿਜ਼ੀ ਹੋ ਗਏ ਉਹੀ ਫੁੱਫੜ ਹੁੰਣ ਜਦੋਂ ਫੋਨ ਕਰਕੇ ਪਹਿਲਾਂ ਸਰਪ੍ਰਾਈਜ਼ ਹੁੰਦਾ ਸੀਗਾ ਜਦੋਂ ਫੁੱਫੜ ਨੇ ਆਉਣਾ ਸਰਪ੍ਰਾਈਜ਼ ਕਿਉਂਕਿ ਚਿੱਠੀ ਤਾਰੀ ਆਏ ਤਾਂ ਕੁਝ ਹੁੰਦਾ ਸੀਗਾ ਆਉਣਾ ਤਾਂ ਇੱਕਦਮ ਸਰਪ੍ਰਾਈਜ਼ ਐ ਨਾ ਚੌ ਚੜਨਾ ਸਾਰਿਆਂ ਨੂੰ ਟੱਬਰ ਨੂੰ ਤੇ ਬੱਚਿਆਂ ਨੂੰ ਚੌ ਚੜਨਾ ਤੇ ਹੱਥ 'ਚ ਫੜੇ ਲਿਫਾਫੇ ਦਾ ਵੀ ਖੇਲੇ ਨੇ ਸੇਬ ਨੇ ਜਾਂ ਸੰਤਰੇ ਨੇ ਰਾਈਟ ਬਿਗ ਥਿੰਗ ਹੁੰਦੀ ਸੀ ਛੋਟੀਆਂ ਖੁਸ਼ੀਆਂ ਬਹੁਤ ਵੱਡੀਆਂ ਹੁੰਦੀ ਸੀਗੀਆਂ ਤੇ ਹੁਣ ਉਹੀ ਫੁੱਫੜ ਚਾਚੇ ਮਾਮੇ ਤਾਏ ਤੁਹਾਨੂੰ ਫੋਨ ਕਰਕੇ ਪੁੱਛਦੇ ਨੇ ਔਰ ਤੁਸੀਂ ਚੰਡੀਗੜ੍ਹ ਜਾਂ ਦਿੱਲੀ ਕਿਤੇ ਰਹਿ ਰਹੇ ਹੋ ਨੇ ਆਈਸੋਲੇਟ ਹਨਾ ਨਿਊਕਲਰ ਫੈਮਲੀਜ਼ ਦੇ ਵਿੱਚ ਐਂਡ ਦੇ ਸੈਡ ਵੀ ਅਸੀਂ ਕੱਲ ਨੂੰ ਆ ਜਾਈਏ ਬੇਟਾ ਮਿਲਣ ਤੁਹਾਨੂੰ ਐਂਡ ਫਿਰ ਮੂਹਰੋਂ ਜਵਾਬ ਹੁੰਦਾ ਨਾ ਜੀ ਤਿੰਨ ਇੱਕ ਦਿਨ ਵਿੱਜੀਆਂ ਅਗਲੇ ਹਫਤੇ ਦਾ ਬਣਾ ਲਿਓ ਤੁਸੀਂ ਰਾਈਟ ਐਂਡ ਕਰੈਕਟ ਵਰਡ ਸੋ ਸਾਰੀਆਂ ਉਹ ਵੈਲਿਊਜ਼ ਨੂੰ ਇਹ ਦੱਸਦੀ ਹੈ ਸਾਡੀ ਫਿਲਮ ਘਟੂ ਘਟਾਉਣ ਵਾਲੀ ਨਸਲ ਨੂੰ ਇਹ ਪਤਾ ਲੱਗੂਗਾ ਵੀ ਰਿਸ਼ਤੇ ਜਿਹੜੇ ਖਾਸ ਹੁੰਦੇ ਨੇ ਜਿਹੜੇ ਆਪਣੇ ਹੁੰਦੇ ਨੇ ਆਪਣੱਤ ਹੁੰਦੀ ਹੈ ਜਿਨ੍ਹਾਂ ਨਾਲ ਜੇ ਰਿਸ਼ਤੇਦਾਰੀ ਮਤਲਬ ਜਿਨ੍ਹਾਂ ਦਾ ਖੂ ਉਹਨਾਂ ਦੀ ਅਹਿਮੀਅਤ ਕੀ ਹੈ ਜ਼ਾਹਿਰ ਜੀ ਗੱਲਾਂ ਕਿ ਅਹਿਮੀਅਤ ਤਾਂ ਜ਼ਰੂਰ ਪਤਾ ਲੱਗੂਗੀ ਬਟ ਜੇ ਅੱਜਕੱਲ ਦੀ ਸੋਸਾਇਟੀ ਦੇ ਵਿੱਚ ਦੋ ਤੁਸੀਂ ਬਿਲਕੁਲ ਸਹੀ ਕਿਹਾ ਕਿ ਰਿਸ਼ਤੇ ਘਟ ਰਹੇ ਨੇ ਫੈਮਿਲੀਆਂ ਛੋਟੀ ਹੋ ਰਹੀਆਂ ਨੇ ਬਟ ਫਿਰ ਵੀ ਇਫ ਫੁੱਫੜ ਜੀ ਨੂੰ ਐਦਾਂ ਦਾ ਯੂ ਨੋ ਇੱਕ ਦੇ ਦਿੱਤਾ ਹੈ ਕਿ ਫੁੱਫੜ ਜੀ ਇਜ਼ ਇਕੁਅਲ ਟੂ ਨਰਾਜ਼ੀ ਹੋਣਾ ਹੋਣਾ ਤਾਂ ਸੋ ਵਾਈ ਫੁੱਫੜ ਦਾ ਦੇਖੋ ਚਾਹੀਦੀ ਦਰਬਾਰ ਸਰਕਾਰੇ ਉਹਦਾ ਚਾਹੀਦੀ ਛੋਟਾ ਹੋਵੇ ਜੀ ਪਰ ਫੁੱਫੜ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਆਉਦਾ ਹੈ ਜੀ ਉਹਨੇ ਅੱਕੜ ਨਹੀਂ ਹੁੰਦਾ ਉਹਨੇ ਬਸ ਉਹਨੂੰ ਲੱਗਣਾ ਕਿ ਕਿਉਂਕਿ ਉਹ ਉਹ ਧਾਇਰੇ ਦੇ ਵਿੱਚ ਇੱਕ ਫੁੱਫੜ ਹੁੰਦਾ ਜਿਹੜੇ ਘਰ ਦੇ ਵਿੱਚ ਉਹ ਵਿਆਹੇ ਹੁੰਦਾ ਜਿਹੜੇ ਘਰ ਦਾ ਉਹ ਫੁੱਫੜ ਹੈ ਉੱਥੇ ਉਹ ਬਾਸ ਹੈ ਕਿਸੇ ਚੀਜ਼ ਨਾਲੋਂ ਘੱਟ ਨਹੀਂ ਲਾਇਖਾਂ ਵੀ ਆ ਕਿਨੇ ਆਇਆ ਰੱਖਿਆ ਹਾਂਜੀ ਹਾਂ ਚੱਕਦੇ ਨੇ ਆਇਆ ਕਿਨੇ ਰੱਖਿਆ ਕੋਈ ਹਰੇਕ ਨਹੀਂ ਚਾਹੀਦਾ ਕਿੱਡੇ ਬਦਮਾਸ਼ ਹੋਵੇ ਉਹਦਾ ਵੀ ਜਿਹੜਾ ਜੀਜਾ ਜਾਂ ਫੁੱਫੜ ਉਸ ਘਰ ਦਾ ਹੋਊਗਾ ਉਹ ਸਾਰਿਆਂ ਨੂੰ ਦਬਕੀ ਰਹਿਣਾ ਹੁੰਦਾ ਇਹ ਗਾਰੰਟੀ ਹੈ अच्छा हां जी हां जी जी तो कई रियल ਮੈਂ ਸਮਝਦਾ 99% ਤਾਂ ਹੁਣ ਵੀ ਕਿਉਂਕਿ ਟਰਾਂਸਫਰਮੇਸ਼ਨ ਹੋ ਗਈ ਲਾਈਕ ਆਲ ਜਿਹੜੇ ਇਦਾਂ ਦੇ ਜੀਜੇ ਜਾਂ ਫੁੱਫੜ ਹੈਗੇ ਨੇ ਜੀ ਹੁਣ ਵੀ ਉਹ ਫਰਕ ਪੈ ਗਿਆ ਪਰ ਹਜੇ ਵੀ ਟੌਰ ਰਤਵਾ ਆਪਣੇ ਆਪ ਨੂੰ ਐਗਜ਼ਿਸਟ ਕਰਾਉਣਾ ਉਸ ਫੈਮਲੀ ਦੇ ਵਿੱਚ ਵੀ ਮੈਂ ਥੋੜਾ ਜਿਹਾ ਵੱਖਰਾ ਥੋੜਾ ਜਿਹਾ ਜੀ ਹੁਣ ਉਸ ਬਜ਼ੁਰਗ ਇੱਕ ਫੈਮਲੀ ਦੇ ਵਿੱਚ ਸਮਝ ਲਓ ਫੁੱਫੜ ਜਾਂ ਜੀਜਾ ਹੁੰਦਾ ਉਸੇ ਫੈਮਲੀ ਦੇ ਵਿੱਚ ਇੱਕ ਬਜ਼ੁਰਗ ਪਿਆ ਮੰਜੇ ਤੇ ਜਿਹਦਾ ਬਹੁਤ ਸਾਲਾਂ ਦਾ ਤਜਰਬਾ ਹੈ ਜ਼ਿੰਦਗੀ ਨੂੰ ਜਿਉਣ ਦਾ ਹਰੇਕ ਪਹਿਲੂ ਦਾ ਉਹਨੂੰ ਪਤਾ ਹੈ ਤੇ ਫਿਰ ਵੀ ਉਹ ਟੱਬਰ ਇੱਕੋ ਸ਼ਾਇਦ ਅਨਪੜ ਹੋਵੇ ਜਿਹੜਾ ਜੀਜਾ ਜਾਂ ਬਹੁਤ ਛੋਟੀ ਐ ਐਜੂਕੇਸ਼ਨ ਐਕਸਪੋਜ਼ਰ ਬਹੁਤ ਥੋੜਾ ਹੋਵੇ ਤੁਜ਼ਰਬਾ ਜ਼ਿੰਦਗੀ ਦਾ ਬਹੁਤ ਥੋੜਾ ਹੋਵੇ ਉਹ ਬਜ਼ੁਰਗ ਬੈਠੇ ਮਾਪੇ ਨੂੰ ਜਿਹੜਾ ਉਹ ਬਜ਼ੁਰਗ ਬਾਪੂ ਬੈਠਾ ਉਹਨੂੰ ਛੱਡ ਕੇ ਫਿਰ ਵੀ ਪਰੌਣੇ ਤੋਂ ਪੁੱਛਣਗੇ ਜਾਂ ਪੁੱਪੜ ਤੋਂ ਪੁੱਛਣਗੇ ਆਪਾਂ ਐ ਕਰ ਲਈਏ ਫਿਰ ਤੁਹਾਨੂੰ ਠੀਕ ਲੱਗਦਾ ਨਾ ਇਹ ਕੰਮ ਹਾਂ ਥੋੜਾ ਜਿਹਾ ਦੇਖ ਲਓ ਇੱਕ ਵਾਰੀ ਹਨਾ ਹਨਾ ਐਗਜ਼ੈਕਟਲੀ ਹਾਂ ਉਹਦਾ ਉਹ ਉਹ ਥੋੜਾ ਜਿਹਾ ਹੈਗਾ ਜੀ ਉਹ ਉਹਨਾਂ ਨੂੰ ਵੱਡੇ ਬਣਾ ਕੇ ਰੱਖਣ ਦੀ ਐਕਚੁਅਲੀ ਇਹ ਹੈ ਵੀ ਆਪਣੇ ਅਸੀਂ ਕਲਚਰਡ ਹੈਗੇ ਆ ਸਾਨੂੰ ਵਿਰਸੇ ਬਰਾਸਤ ਵਿੱਚ ਮਿਲੇ ਹੀ ਆ ਬਾਕੀ ਕਹਿ ਤਾਂ ਹੁਣ ਐ ਜਾਂਦਾ ਵੀ ਜਿਨੇ ਧੀ ਦੇਤੀ ਤਾਂ ਉਹਨੇ ਰੱਖਿਆ ਵੀ ਕੁਛ ਨਹੀਂ ਲਕੋ ਕੇ ਨਹੀਂ ਤਾਂ ਤੁਹਾਨੂੰ ਜੀਜੇ ਜਾਂ ਫੁੱਫੜ ਵਰਨ ਦੀ ਨਾਤੇ ਇਹ ਛੱਡ ਕੇ ਸਾਰਾ ਕੁਝ ਤੁਹਾਨੂੰ ਉਸ ਘਰ ਦੇ ਤੁਸੀਂ ਫੈਮਲੀ ਦੇ ਪੁੱਤ ਵੀ ਬਣ ਸਕਦੇ ਹੋ ਬਿਲਕੁਲ ਬਹੁਤ ਵੱਡੀ ਗੱਲ ਐਕਚੁਅਲੀ ਤੁਸੀਂ ਕਹੀ ਮੈਂ ਖਤਮ ਕਰਦੀ ਫਿਰ ਉਹਨਾਂ ਦੋ ਵੱਡੀ ਗੱਲ ਤਾਂ ਹੋਣੀ ਹੀ ਨਹੀਂ ਕੋਈ ਹੋਰ ਤੁਸੀਂ ਵੱਡੀ 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 ਕਹੋਗੇ ਨਾ ਹਰ ਐਸ ਆਲਵੇਸ ਮੈਂ ਕਿਹਾ ਕਿ ਮੈਂ ਕਿਤੇ ਖਤਮ ਕਰਦੀ ਲਓ ਯਾ ਕਰਦੀ ਵੱਡੀ ਗੱਲ ਹੁਣ ਆਪਾਂ ਫੇਰ ਮਿਲਾਂਗੇ ਫਿਲਮ ਲੱਗੇ ਪਰ ਨਹੀਂ ਅਸੀਂ ਚਾਹ ਨਹੀਂ ਦੇਣਾ ਸੀ ਹੋਰ ਵੱਡੀਆਂ ਵੱਡੀਆਂ ਗੱਲਾਂ ਸੁਣਨੀਆਂ ਅ اچھا ਜਿਵੇਂ ਤੁਸੀਂ ਕਿਹਾ ਕਿ ਫੈਮਲੀਜ਼ ਦੀ ਜੇ ਆਪਾਂ ਗੱਲ ਕਰੇ ਆਈ ਐਮ ਸ਼ੋਰ ਕਿਤੇ ਨਾ ਕਿਤੇ ਕੁਝ ਕਨਸੈਪਟ ਮਾਈਂਡ ਦੇ ਵਿੱਚ ਆਇਆ ਹੋਏਗਾ ਤਾਂ ਇਹ ਜੇ ਫਿਲਮ ਬਣਾਈ ਰਿਸ਼ਤਿਆਂ ਨੂੰ ਲੈ ਕੇ ਸੋ ਅੱਜਕਲ ਆਬਵੀਅਸਲੀ ਵੀ ਆਰ ਡਿਸਕਸਿੰਗ ਰਿਲੇਸ਼ਨਸ਼ਿਪਸ ਤਾਂ ਇਹ ਫੈਮਲੀ ਛੋਟੇ ਛੋਟੇ ਹੁੰਦੀਆਂ ਜਾ ਰਹੀਆਂ ਨੇ ਰਿਸ਼ਤਿਆਂ ਦੀ ਵੈਲਿਊ ਫੋਰ ਐਗਜ਼ਾਮਪਲ ਇੱਕ ਰੂਮ ਦੇ ਵਜੇ ਤੇ ਜੇ ਪੰਜ ਬੰਦੇ ਬੈਠੇ ਨੇ ਲੈਟਸ ਸੇ ਕਿਡਸ অর ਪੈਰੈਂਟਸ ਤਾਂ ਸਾਰੇ ਫੋਨ ਦੇ ਵਿੱਚ ਲੱਗੇ ਹੋਏ ਨੇ ਸੋ ਮਤਲਬ ਕਿਉਂ ਲਾਈਕ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਇਹਨਾਂ ਇਹ ਤਾਂ ਮੈਂ ਸਮਝਦਾ ਜੀ ਜਿਹੜੀ ਆਉਣ ਵਾਲੀ ਨਸਲ ਹੈ ਉਹ ਨਸਲੀ ਆਪਣੀ ਜਨਰੇਸ਼ਨ ਸਾਰੀ ਖਰਾਬ ਕਰਦੀ ਆਪਾਂ ਬੰਬ ਫੜਾਤੇ ਉਹਨਾਂ ਦੇ ਹੱਥਾਂ ਦੇ ਵਿੱਚ ਆ ਫੋਨ ਹੈ ਜਿਹੜੇ ਬੱਚਾ ਰੋਂਦਾ ਹੋਵੇ ਕਿਉਂਕਿ ਸਾਰੇ ਜਾਣੇ ਅਸੀਂ ਤਰੱਕੀ ਕਰਨ ਦੇ ਰਾਹ ਤੇ ਲੱਗੇ ਹੋਏ ਆ ਸਾਨੂੰ ਐਂ ਵੀ ਓਵਰਨਾਈਟ ਬਣਨਾ ਵੱਡੇ ਬਣਦੇ ਦੌੜ ਦੇ ਵਿੱਚ ਲੱਗੇ ਹੋਏ ਆ ਸਾਰੇ ਜਾਣੇ ਉਹਦੇ ਚੱਕਰ ਦੇ ਵਿੱਚ ਅਸੀਂ ਸਭ ਤੋਂ ਕੀਮਤੀ ਜੀ ਡਾਲਰ ਤੇ ਪੈਸੇ ਕਮਾਉਣ ਦੇ ਚੱਕਰ ਜੱਦੀ ਕਰ ਛੱਡ ਕੇ ਜਾਂ ਰਿਸ਼ਤੇਦਾਰੀ ਛੱਡ ਕੇ ਬਾਹਰ ਤਾਂ ਆ ਗਏ ਪਰ ਇਹ ਦੌੜ ਦੇ ਵਿੱਚ ਅਸੀਂ ਰੁਪਈਆਂ ਨਾਲੋਂ ਜ਼ਿਆਦਾ ਕੀਮਤੀ ਆਪਣੇ ਬੱਚੇ ਤੇ ਆਪਣੇ ਪੇਰੈਂਟਸ ਕੋਲੇ ਹਨਾ ਉਹ ਡਾਲਰਾਂ ਨਾਲੋਂ ਕੀਮਤੀ ਅਸੀਂ ਆਪਣੇ ਬੱਚੇ ਤੇ ਪੇਰੈਂਟਸ ਕੋਲੇ ਬੱਚਿਆਂ ਵੱਲ ਧਿਆਨ ਹੀ ਨਹੀਂ ਫਿਰ ਉਹਨੇ ਤੁਹਾਡੀ ਰਿਸਪੈਕਟ ਜਾਂ ਵੈਲਿਊਜ਼ ਕਿੱਥੋਂ ਪਤਾ ਪਹਿਲਾਂ ਜੁਆਇੰਟ ਫੈਮਿਲੀ ਹੁੰਦੀ ਸੀਗੀ ਚਾਚੇ ਮਾਮੇ ਤਾਇਆ ਦੇ ਵੱਡੇ ਭਰਾਵਾਂ ਦਾ ਜਿਹੜਾ ਉਹਨਾਂ 'ਚ ਤਜਰਬਾ ਸੀ ਲਾਈਫ ਦਾ ਜਾਂ ਉਹਨਾਂ ਤੋਂ ਸਿੱਖਣ ਨੂੰ ਸਭ ਅਨਕੌਂਸ਼ੀਅਸਲੀ ਬੰਦਾ ਸਿੱਖ ਜਾਂਦਾ ਸੀ ਪ੍ਰੋਸੈਸਿੰਗ ਹੋ ਜਾਂਦੀ ਸੀ ਉਹਨਾਂ ਦੀ ਕਿ ਲਿਆਕਤ ਉਹ ਛੋਟੇ ਬੱਚੇ ਅਪੀ ਆ ਜਾਂਦੀ ਸੀਗੀ ਆਪਦੇ ਗ੍ਰੈਂਡਫਾਦਰ ਨੂੰ ਦੇਖ ਕੇ ਆਪਦੇ ਚਾਚੇਆਂ ਨੂੰ ਦੇਖ ਕੇ ਤਾਇਆ ਨੂੰ ਦੇਖ ਕੇ ਹਨਾ ਵੱਡੇ ਭਰਾਵਾਂ ਨੂੰ ਦੇਖ ਕੇ ਉਨੀ ਕਿ ਲਿਆ ਹੁਣ ਕੁਝ ਵੀ ਨਹੀਂ ਇਕੱਲਾ ਬੈਠਾ ਫੋਨ ਨੂੰ ਦੇਖ ਕੇ ਜਿੰਨੇ ਕਿ ਲਿਆ ਤੇ ਤੂੰ ਕੀ ਸਿੱਖਣੀ ਹੈ ਚ ਚਾਰ ਚੀਜ਼ਾਂ ਸਹੀ ਸਿੱਖਦਾ ਤਾਂ ਛੇ ਗੱਲਾਂ ਗਲਤ ਵੀ ਸਿੱਖਦਾ ਬੰਦਾ ਬਿਲਕੁਲ ਸੋ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਦਿਮਾਗ ਤਾਂ ਬਹੁਤ ਵੱਡੇ ਵੱਡੇ ਹੋ ਜਾਣਗੇ ਫਿਜ਼ੀਕਲ ਕੰਮ ਹੀ ਨਹੀਂ ਰਿਹਾ ਹੁਣ ਦੇਖੋ ਦੌੜ ਹੈ ਜ਼ਿੰਦਗੀ ਦਾ ਦਸਤੂਰ ਹੈ ਵੀ ਸੂਈ ਇਦਾਂ ਹੀ ਚੱਲਦੀ 6 ਵਾਲੀ 12 ਤੇ ਜਾਂਦੀ 12 ਵਾਲੀ 6 ਤੇ ਆਉਂਦੀ ਹੈ ਅਸੀਂ ਸਾਈਕਲਾਂ ਤੋਂ ਸਟਾਰਟ ਕਰਕੇ ਮਿਹਨਤਾਂ ਕਰ ਕਰ ਜਿੱਥੇ ਵੀ ਦੁਸਾਰੀ ਦੁਨੀਆ ਨੇ ਮਿਹਨਤਾਂ ਕੀਤੀਆਂ ਸਾਈਕਲਾਂ ਤੋਂ ਚੱਲ ਕੇ ਕਾਰਾਂ ਤੱਕ ਪਹੁੰਚੇ ਜਦੋਂ ਕਾਰ ਤੱਕ ਪਹੁੰਚਦਾ ਉਹਨੂੰ ਫੇਰ ਡਾਕਟਰ ਹੀ ਦੱਸਦਾ ਵੀ ਹੁਣ ਤੂੰ ਸਾਈਕਲ ਚਲਾਉਣਾ ਸ਼ੁਰੂ ਕਰ ਦੇਣੀ ਹੈ ਕਾਕਾ ਪਟਾਕਾ ਪੈਣ ਵਾਲਾ ਸੋ ਇਹਦਾ ਮਤਲਬ ਇਹ ਹੈ ਇੱਕ ਆਪ ਨੂੰ ਹੋਰ ਕਰੋਨਾ ਹੋਇਆ ਸੀਗਾ ਕਰੋਨਾ ਵਾਲਾ ਸਾਰਾ ਸਿਸਟਮ ਸਾਰੀ ਦੁਨੀਆ ਦੇ ਵਿੱਚ ਚੱਲ ਰਿਹਾ ਸੀਗਾ ਜੀ ਉਸ ਦੌਰ ਉਸ ਦੌਰ ਨੇ ਇੱਕ ਚੀਜ਼ ਬੜੀ ਵਧੀਆ ਸਿਖਾਈ ਅਸੀਂ ਸਾਰਾ ਕੁਝ ਭੁੱਲ ਕੇ ਅਸੀਂ ਆਪਣੇ ਆਪ ਨੂੰ ਹੋਰ ਉੱਤੇ ਲੈ ਕੇ ਜਾਣ ਵਾਲੀ ਦੌੜ ਛੱਡ ਕੇ ਰਾਤੋਂ ਰਾਤ ਵੱਡੇ ਬਣਨ ਵਾਲੀ ਦੌੜ ਛੱਡ ਕੇ ਮੂਰੇ ਨਿਕਲਣ ਵਾਲੀ ਦੌੜ ਛੱਡ ਕੇ ਸਿਰਫ ਇੱਕੋ ਹੀ ਦੌੜ ਰਹਿ ਗਈ ਸੀ ਵੀ ਜਿਉਂਦੇ ਰਹਿਣਾ ਬਿਲਕੁਲ ਰੱਬਾ ਸਾਨੂੰ ਜਿਉਂਦੇ ਰੱਖ ਹੈਲਦੀ ਰੱਖ ਤਾਂ ਫਿਰ ਜਦੋਂ ਇਹ ਸਾਰਾ ਕੁਝ ਖੁੱਲਦਾ ਜਾ ਰਿਹਾ ਫਿਰ ਫਿਰ ਅਪਾ ਭੁੱਲ ਗਏ ਫੇਰੋਂ ਉਸੇ ਦੌੜ ਚ ਗਵਾਚ ਰਹੇ ਹਾਂ ਫੇਰ ਫੋਨ 'ਤੇ ਹੋ ਰਿਹਾ ਉਦੋਂ ਫੈਮਿਲੀ ਦੀ ਵੈਲਿਊ ਪਤਾ ਲੱਗੀ ਜਦੋਂ ਘਰੇ ਬੈਠੇ ਸਾਰੇ ਜਣੇ ਉਦੋਂ ਸਾਰਿਆਂ ਨੂੰ ਪਤਾ ਲੱਗਿਆ ਕਹਿੰਦੇ ਯਾਰ ਬੰਦੇ ਤਾਂ ਘਰ ਦੇ ਵਿੱਚ ਚੰਗੇ ਨੇ ਯਾਰ ਹਨਾ ਪਹਿਲਾਂ ਪਤਾ ਹੀ ਨਹੀਂ ਸੀ ਕਿਉਂਕਿ ਉਹ ਜਿਹੜੇ 4000 5000 ਫਰੈਂਡ ਉਹ ਤੇ ਫੇਸਬੁੱਕ ਤੇ ਜਾਂ ਇੰਸਟਾ ਤੇ ਹੁੰਦੇ ਨੇ ਉਹ ਫੇਕ ਜਿਨ੍ਹਾਂ ਨੇ ਕਦੇ ਸਾਹਮਣੇ ਆਉਣਾ ਹੀ ਨਹੀਂ ਉਹਨਾਂ ਨੂੰ ਰਿਪਲਾਈ ਕਰਨ ਤੇ ਲੱਗੇ ਹੁੰਦੇ ਆ ਜਾਂ ਲਾਈਕਸ ਵਧਾਉਣ ਤੇ ਲੱਗੇ ਹੁੰਦੇ ਆ ਅੱਜ ਮੇਰੇ ਇੰਨੇ ਲਾਈਕਸ ਆ ਗਿਆ ਫਲਾਣੀ ਪੋਸਟ ਤੇ ਤਾਂ ਉਹ ਜਿਹੜੀਆਂ ਚੀਜ਼ਾਂ ਫੇਕ ਨੇ ਜਿਹੜਾ ਸੱਚ ਹੀ ਹੈ ਨਹੀਂ ਉਹ ੱਤਕੇ ਨਾਲ ਆਪਾਂ ਬਿੱਲੀ ਦੇਖ ਕੇ ਅੱਖਾਂ ਵਿੱਚ ਵਾਲੀ ਗੱ ਤਬੀਲੀ ਆ ਕੇ ਗੱਲ ਫੜ ਲੈਂਦੀ ਐ ਸੋ ਔਮੇ ਐ ਜਿਹੜਾ ਵਕਤ ਦਾ ਸਾਥ ਵਕਤ ਦੇ ਨਾਲ ਨਹੀਂ ਦੌੜਦਾ ਨਾ ਵਕਤ ਉਹਨੂੰ ਪਿੱਛੇ ਛੱਡ ਜਾਂਦਾ ਫਿਰ ਪਿਛਾੜ ਜਾਂਦਾ ਇਸ ਮੈਨ ਸਮਾਂ ਸਮਝਦਾ ਹਾਂ ਸਾਨੂੰ ਤਰੱਕੀਆਂ ਕਰਨੀਆਂ ਚਾਹੀਦੀਆਂ ਨੇ ਸਭ ਤੋਂ ਇਹ ਸਾਰੇ ਦੌੜ ਦੇ ਵਿੱਚ ਵੈਲਿਊਏਬਲ ਚੀਜ਼ ਹੈਗੀ ਜਿਹੜੀ ਤੁਹਾਡੀ ਹੈਲਥ ਜੀ ਬਿਲਕੁਲ ਕੁਝ ਵੀ ਕਰ ਲਓ ਹੈਲਥ ਦੇ ਨਾਲ ਤੁਸੀਂ ਜੇ ਤੁਸੀਂ ਜਾਂ ਜਾਣ ਦੀ ਤਾਕਤਵਰ ਹੈਗੇ ਹੋ ਹੈਲਦੀ ਹੈਗੇ ਹੋ ਤਾਂ ਕੁਝ ਵੀ ਕਰ ਕਮਾਈ ਕਰ ਸਕਦੇ ਹੋ ਤੁਸੀਂ ਖਾ ਤਾਂ ਸਕਦੇ ਹੋ ਕਟੂਕਟਾ ਕੁਝ ਜੀ ਬਿਲਕੁਲ 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 ਅੱਛਾ ਜੀ ਫਿਲਮ ਦੀ ਗੱਲ ਕੀਤੀ ਜਾਵੇ ਸੋ ਗੁਰਨਾਮ ਇਸ ਫਿਲਮ ਦੇ ਵਿੱਚ ਤੁਹਾਡੇ ਨਾਲ ਆ ਸੋ ਅਕਰਦੀ ਹੈ ਤੁਸੀਂ ਗੱਲ ਕਰੋ ਜੇ ਨਹੀਂ ਚੰਗੇ ਲੱਗ ਰਹੇ ਲੈ ਕੁਝ ਨਹੀਂ ਕਿਹਾ ਅੱਛਾ ਮੈਨੂੰ ਲੱਗੇ ਵੀ ਇਸ ਫਿਲਮ ਦੇ ਵਿੱਚ ਤੁਹਾਡੇ ਨਾਲ ਗੁਰਨਾਮ ਹੈ ਗੁਰਨਾਮੇ ਵੀ ਮੈਂ ਸ਼ਾਇਦ ਉਹਨੂੰ ਬੁਰਾ ਲੱਗਿਆ ਕਾਢ ਦਿੰਦੇ ਆ ਨਹੀਂ 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 ਗੁਰਨਾਮ ਮਤਲਬ ਗੁਰਨਾਮ ਨੂੰ ਸਾਰੇ ਐਜ਼ ਅ ਸਿੰਗਰ ਜਾਣਦੇ ਆ ਤੇ ਸੁਣਦੇ ਆ ਬਹੁਤ ਚੰਗੇ ਲੱਗਦੇ ਬਟ ਇਹ ਜੀ ਕੋਈ ਗੱਲ ਕਿਉਂਕਿ ਮੈਨੂੰ ਪਤਾ ਹੈ ਤੁਸੀਂ ਅਬਜ਼ਰਵ ਬਹੁਤ ਛੋਣਾ ਕਰਦੇ ਹੋ ਮੈਂ ਸੁਣਿਆ ਅੱਗੇ ਸਤੋ ਸੋ ਇਹ ਜੀ ਕੋਈ ਗਰਲ ਗੁਰਨਾਮ ਦੀ ਜਿਹੜੀ ਅਬਜ਼ਰਵ ਕੀਤੀ ਹੋਵੇ ਤੇ ਜ਼ਾਇਰ ਜੀ ਗੱਲ ਆ ਆਡੀਅנס ਨੂੰ ਜਾਂ ਫੈਨਸ ਨੂੰ ਨਹੀਂ ਪਤਾ ਤੁਸੀਂ ਅਬਜ਼ਰਵ ਕੀਤੀ ਹੋਏ ਤੇ ਤੁਸੀਂ ਦੱਸਣਾ ਚਾਹੁੰਦੇ ਹੋ ਨਹੀਂ ਗੋਟ ਗੋਟ ਉਹਨਾਂ ਨੇ ਆਪਣੇ ਇੱਕ ਫਿਲਮ ਵਾਸਤੇ ਨਾ weight gain ਕੀਤਾ ਸੀ ਜੀ 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 ਤਾਂ ਵੇਰੀਅਟ ਕਰ ਰਿਹਾ ਸੀ ਉਹਨਾਂ ਦਾ weight ਹਰ ਰੋਜ਼ ਹੀ ਅੱਧਾ ਕਿਲੋ ਕਿਲੋ ਐ ਘਟ ਰਿਹਾ ਸੀ ਸ਼ਾਇਦ ਤੁਸੀਂ ਫਿਲਮ ਦੇ ਵਿੱਚ ਥੋੜਾ ਬਹੁਤ ਫੀਲ ਕਰੋ ਪਰ ਇੰਨਾ ਨਹੀਂ ਪਰ ਉਸ ਸੀਜ਼ਨ ਨੂੰ ਲੈ ਕੇ ਕੌਨਸ਼ੀਅਸ ਹੋਣਾ ਤਾਂ ਮੈਨੂੰ ਬਹੁਤ ਇਹ ਗੱਲ ਮੈਨੂੰ ਵਧੀਆ ਲੱਗੀ ਸੀ ਵੀ ਹਾਂ ਬੰਦਾ ਆਪਣਾ ਫੋਕਸਡ ਹੈਗਾ ਇਸ ਸੀਜ਼ਨ ਨੂੰ ਲੈ ਕੇ ਯਾਰ ਮੈਂ ਇਦਾਂ ਕਰਨਾ ਨਹੀਂ ਸਾਡੇ ਇੰਡਸਟਰੀ ਇਦਾਂ ਜਿਆਦਾ ਕਰਦੇ ਨਹੀਂ ਹੈਗੇ ਟੇਕਨ ਫॉर ਗਰੰਟੀਡ ਲੈਣੇ ਆਪਾਂ ਹਰ ਇੱਕ ਚੀਜ਼ ਨੂੰ ਗੱਲ ਹੀ ਨਹੀਂ ਕੋਈ ਹੁਣ ਵਾਈਗੁਰੂ ਨੇ ਜਾਂ ਆਡੀਅੰਸ ਨੇ ਸਾਨੂੰ ਇਦਾਂ ਇੱਕ ਸਤਕਾਰ ਦੇ ਤਾਂ ਹੁਣ ਇਹ ਥੋੜੀ ਖੋਹ ਲੈਣਾ ਕਿਸੇ ਨੇ ਹੈਨਾ ਪਰ ਉਹ ਫਿਰ ਵੀ ਉਸ ਚੀਜ਼ ਨੂੰ ਮੇਨਟੇਨ ਕਰਨ ਵਾਸਤੇ ਆਪਣੀ ਮੈਨੂੰ ਇਹ ਗੱਲ ਮੈਂ ਉਹ ਤਾਂ ਬੜੀ ਵਧੀਆ ਲੱਗੀ ਮੈਨੂੰ ਇੱਕ ਚਿੰਗਾਰੀ ਵਾਲੀ ਵੀ ਅੰਦਰ ਚਿੰਗਾਰੀ ਹੈਗੀ ਆ ਜੀ ਜੀ ਅੱਛਾ ਮੀਨੂ ਜੀ ਤੁਸੀਂ ਇਨਸਟਾਟੇ ਪੋਸਟਰ ਸ਼ੇਅਰ ਕੀਤਾ ਯੈਸ ਸੋ ਉਸ ਦੇ ਵਿੱਚ ਮੈਨੂੰ ਕਿਤੇ ਫੁੱਫਣੀ ਨਜ਼ਰ ਆਇਆ ਮਤਲਬ ਬੂਆ ਭਤੀਜੇ ਭਾਂਜੇ ਮੈਨੂੰ ਕੋਈ ਨਜ਼ਰ ਹੀ ਨਹੀਂ ਆਇਆ ਉਸ ਦੇ ਵਿੱਚ ਉਹ ਫਿਲਮਸ ਨਜ਼ਰ ਆਉਣਗੇ ਦੇਖੋ ਸਾਰਾ ਕੁਝ ਜੇ ਅਸੀਂ ਪੋਸਟਰ ਤੇ ਦਿਖਾਤਾ ਨਾ ਫਿਰ ਸਾਰਿਆਂ ਨੇ ਫਿਲਮ ਤਾਂ ਦੇਖ ਲਈ ਬਿਆਹ ਭੂਆ ਇਹ ਭਤੀਜੇ ਨੇ ਉਹ ਫਲਾਣਾ ਆ ਇਸ ਕਰਕੇ ਕੁਛ ਨਾ ਕੁਛ ਲਕੋ ਰੱਖਣਾ ਚਾਹੀਦਾ ਹੈ ਹਨਾ ਹਾਂ ਸਸਪੈਂਸ ਤਾਂ ਜਦੋਂ ਜਾ ਕੇ ਤੁਸੀਂ ਸਿਨੇਮਾ ਘਰ ਦੇ ਵਿੱਚ ਦੇਖੋਗੇ ਉਹ ਛਾਇਆ ਵੀ ਉਹ ਆ ਵੀ ਉਹ ਸਰਪ੍ਰਾਈਜ਼ ਲਾਈਕ ਐਦਾਂ ਫਿਰ ਚੱਕਾ ਚਾਹੁੰਦਾ ਵਾਲਾ ਫੇਸ ਲੈ ਕੇ ਤੁਸੀਂ ਬਾਹਰ ਆਉਂਗੇ ਐਂਡ ਆਫ ਕੌਰਸ ਜਦੋਂ ਸਿਨੇਮਾ ਕਰ ਤੋ ਬਾਹਰ ਆਉਂਗੇ ਇੱਕ ਗੱਲ ਜ਼ਰੂਰ ਕਹੋਗੇ ਪਪੜ ਬਾੜੇ ਕਬਾਸਵਾ ਚੱਕੀ ਫਿਰਦਾ ਸੋ ਆਮ 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 ਵੇਟਿੰਗ ਫਾਰ ਦ ਫਿਲਮ ਇਸ ਫਿਲਮ ਦੇ ਵਿੱਚ ਨਾ ਬਿਕਾਜ਼ ਇੰਡੀਆ ਇੰਦਾ ਲੰਬਾ ਸ਼ੂਟ ਚੱਲਿਆ ਹੋਣਾ ਸੋ ਕਈ ਵਾਰ ਹੁੰਦਾ ਨਾ ਕੋਈ ਨਰਾਜ਼ ਹੋ ਜਾਂਦਾ ਕੋਈ ਕਦੇ ਕੋਈ ਐਕਟਰ ਕਦੇ ਕੋਈ ਕਦੇ ਕੋਈ ਸੋ ਜੇ ਮੈਂ ਇਸ ਫਿਲਮ ਦੀ ਲੈਂਗੁਏਜ ਦੇ ਵਿੱਚ ਪੁੱਛਾਂ ਇਸ ਫਿਲਮ ਦੇ ਵਿੱਚ ਕੌਣ ਫੁੱਫੜ ਸੀ ਨਹੀਂ ਫੁੱਫੜ ਤਾਂ ਦੇਖੋ ਮੈਂ ਹੀ ਹਾਂ ਪਰ ਫਿਲਮ ਚ ਫਿਲਮ ਚ ਉਹਦਾ ਨਰਾਜ਼ ਕੋਈ ਨਹੀਂ ਹੋਇਆ ਕਿਉਂਕਿ ਫਿਲਮ ਤਾਂ ਜਿੰਨਾ ਚਿਰ ਤੁਸੀਂ ਇੱਕ ਫੈਮਿਲੀ ਤਰ੍ਹਾਂ ਕੰਮ ਨਹੀਂ ਕਰਦੇ ਤਾਂ ਫਿਲਮ ਦੀ ਆਉਟਪੁੱਟ ਵਧੀਆ ਨਹੀਂ ਨਿਕਲਦੀ ਹੈ ਹੈਨਾ ਉਹ ਤੇ ਇੰਪੈਕਟ ਪੈਂਦਾ ਹਮੇਸ਼ਾ ਤੁਹਾਨੂੰ ਸਕਰੀਨ ਦੇ ਉੱਤੇ ਉਹ ਜੇ ਕੈਮਿਸਟਰੀ ਨਾ ਹੋਵੇ ਤਾਂ ਉਹ ਨਜ਼ਰ ਆਉਂਦਾ ਵੀ ਨਹੀਂ ਯਾਰ ਕੁਛ ਨਾ ਕੁਛ ਕੰਮ ਹੀ ਹੈ ਬਾਡੀ ਲੈਂਗੁਏਜ ਕੁਛ ਹੋਰ ਕਹਿ ਰਹੀ ਹੈ ਜ਼ੁਬਾਨ ਕੁਛ ਹੋਰ ਕਹਿ ਰਹੀ ਹੈ ਔਰ ਆਪਸ ਕੈਮਿਸਟਰੀ ਇਹਨਾਂ ਦੀ ਗੁੱਡ ਨਹੀਂ ਲੱਗਦੀ ਉਹ ਸੀਨ ਨਿਕਲ ਕੇ ਨਹੀਂ ਆਉਂਦਾ ਸੋ ਉਹਦਾਂ ਦਾ ਕੋਈ ਚੱਕਰ ਨਹੀਂ ਆਇਆ ਹਾਂ ਇੱਕ ਇੱਕ ਨਾਰਾਜ਼ਗੀ ਆਪਣੇ ਆਪ ਨਾਲ ਜ਼ਰੂਰ ਸੀ ਸਾਰੇ ਜਣੇ ਨੇ ਵੀ ਅਸੀਂ ਗਲਤ ਟਾਈਮ ਚੂਜ਼ ਕੀਤਾ ਸੀਗਾ ਕੋਟ ਪੈਂਟ ਪਾਉਣੇ ਸੀਗੇ ਐਂਡ ਆਲਮੋਸਟ 50 ਡਿਗਰੀ ਟੈਂਪਰੇਚਰ ਸੀਗਾ ਪੂਰੀਆਂ ਗਰਮੀਆਂ ਦੇ ਵਿੱਚ ਕੀਤਾ ਔਰ ਕੋਵਿਡ ਦਾ ਕਹਿਰ ਉਧਰ ਚੱਲ ਰਿਹਾ ਸੀਗਾ ਸ਼ੂਟਿੰਗ ਅਲਾਉਡ ਨਹੀਂ ਸੀਗੀਆਂ ਕਿਸੇ ਪਿੰਡ ਚ ਅਪਾ ਜਾ ਹੀ ਨਹੀਂ ਸਕਦੇ ਸੀ ਕਰ ਨਹੀਂ ਸਕਦੇ ਸੀ ਤੋਂ ਆਪਣਾ ਪਿੰਡ ਬਸਾਇਆ ਸੈੱਟ ਲਾਇਆ ਵਕਾਇਦਾ ਉਹ ਸਾਰਿਆਂ ਨੇ ਉਹਨਾਂ ਨੇ ਸਾਡੇ ਆਰਟ ਡਾਇਰੈਕਟਰ ਨੇ ਉਹਨਾਂ ਨੇ ਮਿਹਨਤ ਕੀਤੀ ਹਨਾ ਇਹਨਾਂ ਨੇ ਸਾਡੇ ਪ੍ਰੋਡਕਸ਼ਨ ਹਾਊਸ ਨੇ ਕੀ ਕਿ ਜਿਹੜਾ ਕੇ ਕੁਮਾਰ ਪ੍ਰੋਡਕਸ਼ਨਸ ਆ ਸਾਡਾ ਜਿਹਦੇ ਅੰਡਰ ਅਸੀਂ ਮੂਵੀ ਕੀਤੀ ਹੈ ਦਿੱਲੀ ਵਾਲੇ ਉਹਨੇ ਪੈਸਾ ਬਹਾਇਆ ਹੈ ਨਾ ਜੀ ਉਹ ਪਿੰਡ ਪੂਰਾ ਬਸਾ ਕੇ ਕੱਚੇ ਘਰ ਜਿਹੜੇ ਉਸ ਵੇਲੇ ਦਾ ਆਇਆ ਸਾਡਾ 90s ਤੋਂ 9090 ਦੇ ਵਿਚਾਲੇ ਜੋ ਵੀ ਆ ਰਿਹਾ ਸੀਗਾ ਉਹਨੂੰ ਦਿਖਾਉਣ ਦੇ ਮਾਰੇ ਫਿਰ ਅਸੀਂ ਉੱਥੇ ਫਿਰ ਇਹ ਇੱਕ ਪ੍ਰੋਟੋਕਾਲ ਸੀਗਾ ਵੀ ਤੁਸੀਂ 15 15 ਬੀਬੀ ਬੰਦੇ ਹੀ ਬੈਠ ਸਕਦੇ ਹੋ ਤਾਂ ਉਹ ਗਰੁੱਪਸ ਦੇ ਵਿੱਚ ਅਸੀਂ ਕੰਮ ਕਰਦੇ ਸੀਗੇ ਐਡਿਡ ਤਰ੍ਹਾਂ ਦੇ ਨਾਲ ਸਾਰੇ ਜਣੇ ਪਠਾਨ ਤੇ ਜਾਂਦੇ ਸੀ ਵੀ ਤੁਸੀਂ 20 ਜਣੇ ਆ ਪਰ ਅੰਦਰ ਨਾ ਕੋਈ ਆ ਸਕਦਾ ਸੀ ਨਾ ਕੋ ਬਾਹਰ ਜਾ ਸਕਦਾ ਸੀ ਉਸ ਤਰ੍ਹਾਂ ਦੀ ਸਿਕਿਉਰਿਟੀ ਰੱਖ ਕੇ ਫਿਰ ਉਹ ਕੈਦ ਦੇ ਕਾਨੂੰਨ ਚ ਰੱਖ ਕੇ ਅਸੀਂ ਇਹ ਫਿਲਮ ਕੀਤੀ ਜੀ ਅੱਜ ਜਿਵੇਂ ਤੁਸੀਂ ਕਿਹਾ ਕਿ ਕੋਵਿਡ ਦੇ ਵਿੱਚ ਸਮਝ ਆ ਗਿਆ ਸੀ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਿਆ ਸੈਲਫ ਇੰਡੀਪੈਂਡੈਂਟ ਹੋਏ ਰੈਲਾਈਜ਼ੇਸ਼ਨ ਹੋਇਆ ਕਿ ਮਾੜਾ ਹੈ ਕਿ ਸਹੀ ਹੈ ਤੇ ਇਫ ਆਸਕਿਊ ਤੁਹਾਡੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਕੀ ਹੈਮਾਇਤ ਹੈ ਸ ਸਭ ਤੋਂ ਪਹਿਲਾਂ ਦੇ ਕੋਈ ਫੈਮਿਲੀ ਹੈ ਜੀ ਸਭ ਤੋਂ ਪਹਿਲਾਂ ਜਿਵੇਂ ਛੋਟਾ ਬੱਚਾ ਹੁੰਦਾ ਹੈ ਤਾਂ ਦੁਨੀਆਦਾਰੀ ਹੈ ਜੀ ਇਹ ਜਦੋਂ ਬੱਚਾ ਹੁੰਦਾ ਹੈ ਤਾਂ ਆਪਣੀ ਮਾਂ ਤੇ ਫਾਦਰ ਦੇ ਗੋਦ ਦੇ ਵਿੱਚ ਮਹਿਫੂਜ਼ ਮਹਿਸੂਸ ਕਰਦਾ ਉਹਨੂੰ ਐ ਲੱਗਦਾ ਹੈ ਰੱਬ ਬਾਤ ਦੇ ਵਿੱਚ ਹੈ ਹੀ ਹੈ ਮੇਰਾ ਰੱਬ ਤਾਂ ਜੀ ਉਹ ਮਾਂ ਤੋਂ ਬਿਨਾਂ ਕਦੇ ਜ਼ਿੰਦਗੀ ਸੋਚ ਵੀ ਨਹੀਂ ਸਕਦਾ ਬੰਦਾ ਪਿਓ ਤੋਂ ਬਿਨਾਂ ਜ਼ਿੰਦਗੀ ਸੋਚ ਨਹੀਂ ਸਕਦਾ ਬੰਦਾ ਕਦੇ ਛੋਟਾ ਹੁੰਦਾ ਕਦੇ ਕਹੇ ਉਹ ਅੱਖਾਂ 'ਚੋਂ ਹੰਝੂ ਕੱਢ ਲੂ ਨਈ ਮੇ ਤੇ ਕੁੜੀ ਹੋ ਤਾਂ ਵੀ ਉਹ ਕਹੂਗੀ ਮੈਂ ਪਾਪਾ ਨਾਲ ਵਿਆਹ ਕਰਾਉਣਾ ਮੁੰਡਾ ਹੋ ਤਾਂ ਮੰਮੀ ਮੇਰੇ ਨਾਲ ਮੈਂ ਤੁਹਾਡੇ ਨਾਲ ਹੀ ਰਹਿਣਾ ਰਾਈਟ ਇਨੋਸੈਂਸ ਪਰ ਦੁਨੀਆਦਾਰੀ ਫੇਰ ਹੌਲੀ-ਹੌਲੀ ਸਿਖਾਉਂਦੀ ਹੈ ਵੱਡੇ ਹੁੰਦੇ ਨੇ ਸਕੂਲਾਂ 'ਚ ਪੜ ਕੇ ਫਰੈਂਡਸ਼ਿਪ ਹੁੰਦੀ ਹੈ ਫਿਰ ਕਾਲਜਾਂ ਚਲੇ ਜਾਂਦੇ ਨੇ ਫਿਰ ਰੂਰਡਿੰਗ 'ਚ ਚਲੇ ਜਾਂਦੇ ਨੇ ਤਾਂ ਉਹ ਜਿਹੜਾ ਆਪਣਾਤਾ ਉਹ ਹੌਲੀ-ਹੌਲੀ ਵਖਰੇਮ ਆ ਜਾਣ ਦੀ ਹੈ ਕੁਦਰਤ ਹੈ ਉਹ ਹੌਲੀ-ਹੌਲੀ ਵਖਰੇਮਾ ਕਰਦੀ ਹੈ ਫਿਰ ਸਾਡੇ ਵਿਆਹ ਹੋ ਜਾਂਦੇ ਨੇ ਬਾਹਰ ਕੁੜੀਆਂ ਨੂੰ ਮੁੰਡੇ ਮੁੰਡਿਆਂ ਨੂੰ ਕੁੜੀਆਂ ਵਧੀਆ ਲੱਗਣ ਲੱਗ ਜਾਂਦੀਆਂ ਨੇ ਚਾਹੇ ਅਰੇਂਜ ਮੈਰਿਜ ਹੋ ਜਾਵੇ ਵਾਟੇਵਰ ਲੈ ਕੇ ਵਿਆਹ ਕਰਾ ਕੇ ਫਿਰ ਜਦੋਂ ਕੁੜੀ ਆਉਂਦੀ ਹੈ ਉਹੀ ਤੁਹਾਡੀ ਮਾਂ ਉਹੀ ਪੈਣ ਉਹੀ ਸਾਰਾ ਕੁਝ ਪਹਿਲਾਂ ਮਾਂ ਪੁੱਛਦੀ ਸੀ ਰੋਟੀ ਖਾ ਲਾ ਵੀ ਕਿੱਥੇ ਆ ਤੂੰ ਫਿਰ ਉਹ ਸਾਰਾ ਉਹਦੇ ਹਾਰ ਪਾਤਾ ਜਾਂਦਾ ਜਿਹੜੀ ਨਵੀਂ ਕੁੜੀ ਆਉਂਦੀ ਹੈ ਜਿਹੜੀ ਉਹ ਵਿਆਹ ਕੇ ਉਸ ਘਰ ਦੇ ਵਿੱਚ ਫਿਰ ਉਹ ਪੁੱਛਦੇ ਵਾਰੀ ਵਾਰੀ ਵੀ ਕਿੱਥੇ ਐ ਕਦੋਂ ਆਏਂ ਕਦੋਂ ਤੁਸੀਂ ਰੋਟੀ ਖਾਣੀ ਹੈ ਕੀ ਖਾਦਾ ਪ੍ਰੈਸ ਤੁਹਾਡੇ ਕੱਪੜੇ ਤੁਹਾਡੇ ਬੂਟ ਸਾਰਾ ਕੁਝ ਟਰਾਂਸਫਰ ਅਸੀਂ ਪੇਰੈਂਟਸ ਥੋੜੇ ਜਿ ਦੇ ਬੇਲੇ ਕਰਦੇ ਥੋੜੇ ਜਿ ਉਹਨਾਂ ਨੂੰ ਪੁੱਛਣੋਂ हट ਗਏ ਥੈਨ ਤੁਹਾਡੇ ਔਲਾਦ ਹੁੰਦੀ ਹੈ ਔਲਾਦ ਤੋਂ ਬਾਅਦ ਫਿਰ ਉਹ ਜਮੀ ਕੱਟ ਆਫ ਉਹਨਾਂ ਨੂੰ ਆਲਮੋਸਟ 99% ਫੈਮਲੀਆਂ ਬਿਲਕੁਲ ਕੱਟ ਆਫ ਕਰ ਦਿੰਦੀਆਂ ਨੇ ਕਿਉਂਕਿ ਉੱਥੇ ਕੁਝ ਚਾਹੀਦੇ ਨਹੀਂ ਨਾ ਫਿਰ ਜਿਹੜਾ ਉਹਦੇ ਨਾਲ ਉਹ ਵਿਆਜ ਜਾਣ ਦੀ ਪਿਆਰਾ ਹੋ ਜਾਂ ਫਿਰ ਤੁਸੀਂ ਉਹਨਾਂ ਚ ਇੰਨਾ ਬਿਜ਼ੀ ਹੋਏ ਨੇ ਫਿਰ ਉਹ ਇਹ ਚੇਨ ਹੈ ਹੌਲੀ ਹੌਲੀ ਫਿਰ ਉਹਨਾਂ ਨੂੰ ਕਨੈਕਟੀਵਿਟੀ ਟੁੱਟ ਜਾਂਦੀ ਹੈ ਫਿਰ ਉਹੀ ਇੱਕ ਵਾਰੀ ਤੁਹਾਡੇ ਬੁੱਢੇ ਪੇ ਮਾਂ ਬਾਪ ਬਿਮਾਰ ਜਿਹੜੇ ਪੇ ਹੁੰਦੇ ਨੇ ਜੀ ਇਹਦੇ ਬਿਨਾ ਤੁਸੀਂ ਰਹਿ ਨਹੀਂ ਸਕਦੇ ਸੀਗੇ ਤਾਂ ਕਈ ਵਾਰੀ ਉਹ ਇੰਨੇ ਜਿਆਦੇ ਬਿਮਾਰ ਹੁੰਦੇ ਨੇ ਤੁਸੀਂ ਆਪ ਪ੍ਰਮਾਤਮਾ ਅੱਗੇ ਦੁਆ ਕਰਦੇ ਹੋ ਨਾ ਯਾਰ ਪ੍ਰਮਾਤਮਾ ਵੀ ਹੁਣ ਇਹਨੂੰ ਤੰਗ ਨਾ ਕਰ ਚੱਕ ਲੈ ਇਹ ਦਿਨ ਸੋ ਦਿਸ ਇਸ ਦਿਸ ਇਸ ਆਲ ਰਿਐਲਿਟੀ ਲਾਈਕ ਇਹਦਾ ਜੀਵਨ ਦਾ ਸਰਕਲ ਹੈ ਜੀ ਚੱਲਦੇ ਰਹਿਣਾ ਪਰ ਜੀਵਨਿਕ ਕਵਰੀ ਮਿਲਦਾ ਹੈ ਇਹ ਰਿਸ਼ਤੇ ਜਿਹੜੇ ক্লোਜ਼ ਹੁੰਦੇ ਨੇ ਇਹਨਾਂ ਦੀ ਬਹੁਤ अहमियत ਹੈ ਹਰੇਕ ਪਾਰਟ ਬਣਦਾ ਐਜ਼ ਅ ਸਨ ਐਜ਼ ਅ ਫਾਦਰ ਹੈ ਨਾ ਉਹ ਸਾਰਾ ਐਜ਼ ਅ ਦਾਦਾ ਵਟ ਏਵਰ ਜਿਹੜੇ ਟਰਾਂਸਫਰਮੇਸ਼ਨਸ ਹੈ ਹੈਗੀਆਂ ਜਿੰਨਾ ਸਾਈਕਲ ਹੈਗਾ ਉਹਨੂੰ ਬੜੇ ਬੜੇ ਵਧੀਆ ਤਰੀਕੇ ਨਾਲ ਲਿਮਾਉਣਾ ਚਾਹੀਦਾ ਜਿੱਥੇ ਜਿੱਥੇ ਤੁਹਾਡਾ ਫਰਜ਼ ਬਣਦਾ ਤਾਂ ਜਦੋਂ ਤੁਹਾਡੇ ਬੱਚੇ ਉਹਦੇ ਨੇ ਤਾਂ ਵੱਡਿਆਂ ਦਾ ਪਤਾ ਲੱਗਦਾ ਵੀ ਇਹਨਾਂ ਨੇ ਵੀ ਸਾਨੂੰ ਇਦਾਂ ਪਾਲਿਆ ਹੈ ਨਾ ਤਾਂ ਉਹਨਾਂ ਦੀ ਵੈਲਿਊਜ਼ ਸਾਰਿਆਂ ਨੂੰ ਵੈਲਿਊਜ਼ ਕਰ ਆਪਣੇ ਜਿਨ੍ਹਾਂ ਨੇ ਜੰਮਿਆ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਉਹ ਉਹਨਾਂ ਨੂੰ ਪੂਰਾ ਬਣਦਾ ਸਤਿਕਾਰ ਦੇਣਾ ਚਾਹੀਦਾ ਕਦੇ ਵੀ ਅੱਖੋਂ ਓਲੇ ਨਹੀਂ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਕਈ ਵਾਰ ਕੀ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਕਿ ਅਸੀਂ ਕੰਮ ਦੇ ਵਿੱਚ ਇੰਨੇ ਬਿਜ਼ੀ ਹੁੰਦੇ ਆ ਅਸੀਂ ਆਪਣੀ ਲਾਈਫ ਦੇ ਵਿੱਚ ਅੱਗੇ ਵਧ ਰਹੇ ਹੁੰਦੇ ਆ ਬਟ ਪੁੱਲ ਜਾਂਦੇ ਆ ਐਕਸਪ੍ਰੈਸ ਕਰਨਾ ਜਾਂ ਕਹਿ ਸਕਦੇ ਆ ਕਿ ਸ਼ਾਇਦ ਇਗਨੋਰ ਕਰਦੇ ਆ ਬਿਕਾਜ਼ ਪ੍ਰਾਇੋਰਟੀਜ਼ ਮਾਪੇ ਵੀ ਕਹਿ ਦਿੰਦੇ ਨੇ ਕਈ ਵਾਰੀ ਤਾਂ ਬੇਟੇ ਤੂੰ ਆਪਣਾ ਕੰਮ ਕਰ ਸਾਡੀ ਫਿਕਰ ਨਾ ਕਰ ਹਨਾ ਤੂੰ ਉਹ ਵੀ ਕੋਈ ਨਾ ਕੋਈ ਨਾ ਪੁੱਤ ਉਹ ਅਡਜਸਟ ਕਰਦੇ ਨੇ ਤਰਕੇ ਨਾਲ ਉਹਨਾਂ ਨੂੰ ਨੀਡ ਹੁੰਦੀ ਹੈ ਵੀ ਆ ਕੇ ਉਵੇਂ ਜੱਫੀਆਂ ਪਾਵੇ ਉਵੇਂ ਬੈਠੇ ਪਰ ਸਾਰੇ ਲੋਕ ਜੱਦੀ ਘਰ ਛੱਡ ਕੇ ਤਰੱਕੀਆਂ ਕਰਨ ਲਈ ਬਾਹਰ ਆਗੇ ਕੋਈ ਚੰਡੀਗੜ੍ਹ ਆ ਗਿਆ ਕੋਈ ਦਿੱਲੀ ਜਾਣਾ ਪੈਂਦਾ ਬੈਂਗਲੌਰ ਜਾਣਾ ਪੈਂਦਾ ਕਿਸੇ ਨੂੰ ਓਵਰਸੀਜ਼ ਜਾਣਾ ਪੈਂਦਾ ਤਾਂ ਮਾ ਮਾਂ ਪਿਛੇ ੜੀਕਦੇ ਨੇ ਜਾਂਦਾ ਹੀ ਨਹੀਂ ਬੰਦਾ ਕਿੱਥੋਂ ਕਰ ਲੂਗਾ ਲਾਈਕ ਓ ਇਸ ਇਸ ਲਾਈਕ ਜ਼ਿੰਦਗੀ ਹੈ ਜੀ ਕਹਿੰਦਾ ਤਾਂ ਉਹ ਸਾਰਾ ਕੁਝ ਚੇਂਜ ਹੋਵਰ ਹੈ ਲਾਈਕ ਇਦਾਂ ਪਰ ਇਦਾਂ ਵੀ ਜਦੋਂ ਵਕਤ ਹੁੰਦਾ ਤਾਂ ਉਹ ਵੈਲਿਊਜ਼ ਨੂੰ ਸਮਝਣਾ ਚਾਹੀਦਾ ਉਹੀ ਕਹਿੰਦਾ ਵੀ ਉਹ ਤੋਂ ਜਾਣਾ ਚਾਹੀਦਾ ਜਦੋਂ ਵੀ ਵਕਤ ਹੋਵੇ ਇਹ ਸਭ ਤੋਂ ਕੀਮਤੀ ਚੀਜ਼ ਹੈਗੀ ਹੈ ਮਾਪੇ ਹਨਾ ਮਦਰ ਫਾਦਰ ਉਹਨਾਂ ਦੀ ਉਹ ਵੈਲਿਊ ਨੂੰ ਸਮਝਣਾ ਚਾਹੀਦਾ ਉਹ ਮੁੜ ਕੇ ਮਿਲਣੇ ਨਹੀਂ ਬਿਲਕੁਲ ਕਦੋਂ ਤੇ ਨਰੰਗ ਨਹੀਂ ਲੱਭਣੇ ਬੀਬਾ ਹੁਸਨ ਜਵਾਨੀ ਤੇ ਮਾਪੇ ਕਦੇ ਵਾਪਸ ਆਉਣੇ ਨਹੀਂ ਤੁਸੀਂ ਜਿਹੜਾ ਪੀਰੀਅਡ ਜ਼ਿੰਦਗੀ ਦੇ ਨਾਲ ਤਾਂ ਹਰੇਕ ਪੀਰੀਅਡ ਹੀ ਗੋਲਡਨ ਗੋਲਡਨ ਪੀਰੀਅਡ ਹੁੰਦਾ ਆਪਾਂ ਜਿਹੜੇ ਵੀ ਇਸ ਚ ਹੁੰਦੇ ਹੋ ਚਾਹੇ ਦੀ ਮਿਡਲ ਏਜ ਹੈ ਤਾਂ ਉਹ ਬਚਪਨ ਨੂੰ ਰੋਈ ਜਾਂਦੇ ਨੇ ਬਚਪਨ ਮੇਰਾ ਬੜਾ ਬਧੀ ਖੇਡਦੇ ਹੁੰਦੇ ਸੀ ਬੜਾ ਆਨੰਦ ਲੈਂਦੇ ਸੀ ਪਤਾ ਐ ਇਦਾਂ ਨਹਿਰ ਚ ਛਾਲਾ ਮਾਰਨੀਆ ਇਦਾਂ ਉਹ ਅੰਬ ਚੂਪਣੇ ਜਾਂ ਇਦਾਂ ਇਕੱਠੇ ਬੈਠ ਕੇ ਇਚ ਫਲਾਣੀ ਚੀਜ਼ ਖਾਣੀ ਜਾਂ ਇਦਾਂ ਕਰਦੇ ਸਕੂਲ ਚ ਇੱਕ ਵਾਰੀ ਕੁੱਟ ਪਈ ਸੀ ਫਿਰ ਜਿਹੜੇ ਵਕਤ ਦੀ ਤੁਸੀਂ ਜਿਹੜੇ ਵਕਤ ਚ ਉਹ ਪੁਰ ਫਿਰ ਆ ਵਕਤ ਦੀ ਜਿਹੜੀ ਜਦੋਂ ਉਹ ਗੱਲ ਸੁਣਾਈ ਸੀ ਫਿਰ ਇਹਦੀਆਂ ਗੱਲਾਂ ਸੁਣਾਉਂਦੇ ਬਿਲਕੁਲ ਬਿਲਕੁਲ ਵੀ ਉਦੋਂ ਮੈਂ ਮਸਾਂ ਸੈੱਟ ਹੋਏ ਫਿਰ ਅਸੀਂ ਆ ਕੇ ਪਹਿਲਾਂ ਮੈਨੂੰ ਫਰਾਨੀ ਨੌਕਰੀ ਮਿਲੀ ਸੀ ਫਿਰ ਮੈਨੂੰ ਫਿਰ ਅਸੀਂ ਕਰ ਲਿਆ ਫਿਰ ਮੈਂ ਸਕੂਟਰ ਲੈ ਫਸਾੜੀ ਕਾਰ ਦੇਚ ਅਸੀਂ ਪਹਿਲੀ ਕਾਰ ਕਰਦਾ ਕਦੋਂ ਲਈ ਸੀ ਫਿਰ ਇਹ ਜਿਹੇ ਗੱਲਾਂ ਕਰਦੇ ਹੁ ਫਿਰ ਉਦੋਂ ਬਾਅਦ ਸਾਰੇ ਫਿਰ ਛੋਟੇ ਦਾ ਵਿਆਹ ਕੀਤਾ ਵੱਡੇ ਦਾ ਵਿਆਹ ਕੀਤਾ ਫਿਰ ਇਹ ਸਾਰੇ ਕੰਮ ਤਾਂ ਜਦੋਂ ਵਿਹਲਾ ਹੋ ਜਾਂਦਾ ਫਿਰ ਪ੍ਰਮਾਤਮਾ ਕਹਿੰਦਾ ਹੁਣ ਵਿਹਲਾ ਤਾਂ ਹੋ ਗਿਆ ਆ ਜਾ ਪਾਈ ਇੱਥੇ ਕਿਸੇ ਕੰਮ ਦਾ ਨਹੀਂ ਤੂੰ ਹਨਾ ਬਿਲਕੁਲ 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 ਬਹੁਤ ਪੋਸਟਨ ਸਵਾਲ ਆ ਕਿ ਜਿਵੇਂ ਤੁਹਾਨੂੰ ਦੇਖਦੇ ਆ ਐਜ਼ ਅ ਕਲਾਕਾਰ ਬਹੁਤ ਸਾਰੇ ਰੋਲਸ ਕਰਦੇ ਹੋ ਤੇ ਬਟ ਜਿਵੇਂ ਬੀਨੂ ਨੂੰ ਪੁੱਛਾਂ ਪਰਸਨਲੀ ਤੁਸੀਂ ਕਿੰਨੇ ਕੀ ਐਕਸਪ੍ਰੈਸਿਵ ਆ ਟੂਵਰਡਸ ਯਰ ਪੈਰੈਂਟਸ ਯਰ ਯਰ ਫੈਮਿਲੀ ਬਿਕਾਜ਼ ਯੂ ਆ ਵਰਰੀ ਬਿਜ਼ੀ ਇਨ ਯਰ ਕੈਰੀਅਰ ਹੈ ਨਾ ਤੇ ਟਾਈਮ ਬਹੁਤ ਘੱਟ ਮਿਲਦਾ ਐ ਸਿ ਐਕਸਪ੍ਰੈਸ ਕਰਨਾ ਵੀ ਚਾਹੁੰਦੇ ਆ ਉਹੀ ਗੱਲ ਆ ਗਈ ਬਟ ਫਿਰ ਵੀ ਟਾਈਮ ਨਹੀਂ ਮਿਲਦਾ ਯਾ ਵਾਟਐਵਰ ਦ ਰੀਜ਼ਨ ਇਜ਼ ਸੋ ਤੁਸੀਂ ਕਿੰਨੇ ਕੀ ਐਕਸਪ੍ਰੈਸਿਵ ਹੋ ਮੈਂ ਐਕਚੁਅਲੀ ਕਨੈਕਟਡ ਹੈਗਾ ਜੀ ਆਪਣੇ ਜਿਵੇਂ ਕੋਵਿਡ ਦੇ ਦੌਰਾਨ ਮੈਂ ਸਭ ਤੋਂ ਵੱਧ ਰਹਿਆ ਆਪਣੀ ਫੈਮਿਲੀ ਦੇ ਨਾਲ ਤੇ ਪਹਿਲਾਂ ਤਾਂ ਮੈਂ ਵੀ ਉਹੀ ਸੇਮ ਚਾਈਲਡ ਹਾਂ ਉਹਨਾਂ ਦਾ ਪੇਰੈਂਟਸ ਦਾ ਤਰੱਕੀ ਕਰਨ ਵਾਸਤੇ ਭੱਜਣਾ 18 ਰੋਜ਼ ਹੀ ਭੱਜਣਾ ਹਰ ਰੋਜ਼ ਕਰਨਾ ਚੱਕਾ ਚੌਂਧਾ ਵਾਲੀ ਲਾਈਫ 'ਚ ਤੁਸੀਂ ਬਿਜ਼ੀ ਹੋਏ ਨੇ ਹਰ ਰੋਜ਼ ਗੇਨ ਕਰਨਾ ਹਰ ਰੋਜ਼ ਅਪਗ੍ਰੇਡ ਕਰਨਾ ਆਪਣੇ ਆਪ ਨੂੰ ਹਨ ਪਰ ਮੈਂ ਹਰ ਰੋਜ਼ ਹੀ ਆਪਣੇ ਫਾਦਰ ਸਾਹਿਬ ਨੂੰ ਫੋਨ ਕਰਦਾ ਹਰ ਰੋਜ਼ ਜਿੱਥੇ ਵੀ ਹੋਵਾਂ ਤਾਂ ਸ਼ੂਟਿੰਗ ਸਟਾਰਟ ਹੁੰਦੀ ਹੈ ਤਾਂ ਕਰਦਾ ਹ ਹੁਣ ਉਹ ਸਿੱਖ ਨੇ ਪਹਿਲਾਂ ਤਾਂ ਮੇਰੇ ਮਦਰ ਫਾਦਰ ਹਰ ਇੱਕ ਸ਼ੂਟਿੰਗ ਤੇ ਪਹਿਲਾਂ ਆਉਂਦੇ ਸੀ ਉਹ ਪ੍ਰਸ਼ਾਦ ਬਣਾ ਕੇ ਲੈ ਕੇ ਆਉਂਦੇ ਸੀ ਮੇਰੇ ਮਾਤਾ ਜੀ ਤੇ ਸਾਰੇ ਖਾਂਦੇ ਸੀਗੇ ਬੜੇ ਬੜਾ ਵਧੀਆ ਲੱਸੀ ਉਹਨਾਂ ਦਾ ਅਸ਼ੀਰਵਾਦ ਹੁਣ ਵੀ ਮੈਂ ਅਸ਼ੀਰਵਾਦ ਲੈਂਦਾ ਰਹਿਣਾ ਉਹਨਾਂ ਦਾ ਜਦੋਂ ਟਾਈਮ ਮਿਲਦਾ ਫਿਰ ਮੈਂ ਉਹ ਪਿੰਡ ਧੂਰੀ ਰਹਿੰਦੇ ਨੇ ਮੈਂ ਜਾਂਦਾ ਰਹਿਣਾ ਜੀ ਅੱਛਾ ਜੀ ਵੈਸੇ ਅਕੋਰਡਿੰਗ ਟੂ ਯੂ ਕੀ ਲੱਗਦਾ ਹੈ ਕਿ ਫੁੱਫੜ ਜਿਹੜੇ ਹੁੰਦੇ ਆ ਕਿ ਲੌਜੀਕ ਹੁੰਦੇ ਹੋਣੇ ਨਾਰਾਜ਼ ਹੋਣਦੇ ਕਿ ਇਹ ਜੀ ਇੰਨਾ ਕੀ ਵੱਡਾ ਹੁੰਦਾ ਹੋਣਾ ਕਿ ਨਾਰਾਜ਼ ਹੀ ਹੋ ਜਾਂਦੇ ਵਾਵਾ ਜੀ ਵੀ ਵੈਸੇ ਉਹਨਾਂ ਤਾਂ ਪਹਿਲਾਂ ਤਾਂ ਸੀਗੇ ਪਹਿਲਾਂ ਤਾਂ ਗਾਰੰਟੀ ਉਸੀ ਦੇਖੋ ਥੋੜਾ ਜਿ ਜਦੋਂ ਅਸੀਂ ਛੋਟੇ ਸੀ ਉਹ ਤਾਂ ਗਾਰੰਟੀ ਸੀ ਉਹਨੇ ਗੁੱਸੇ ਹੀ ਹੋਣਾ ਉਹ ਨਹੀਂ ਕੀ ਹੁੰਦੇ ਫੁੱਪੜ ਜਾਇਗਾ ਕਹਿੰਦਾ ਚਲੋ ਜ ਤਾਂ ਮੁਰਗੇ ਵੀ ਭਜਣ ਲੱਗ ਜਾਂਦੇ ਸੀ ਕਹਿੰਦਾ ਕਿੱਥੋਂ ਬੁਲਾ ਲਿਆ ਇਹਨਾਂ ਨੇ ਹਨਾ ਉਹਨਾਂ ਨੂੰ ਵੀ ਪਤਾ ਲੱਗੇ ਸੀ স্পੈਸ਼ਲ ਚਿਕਨ ਚੁਗਨ ਅੱਜਕੱਲ ਤਾਂ ਆਮ ਹੀ ਕਿੰਨੇ ਆ ਤੁਸੀਂ ਬਾਹਰ ਸਾਰੇ ਖਾਣਾ ਪੀਣਾ ਇੰਨਾ ਜਿਆਦਾ ਆਪਾਂ ਅਪਗ੍ਰੇਡ ਕਰ ਲਿਆ ਹੋਇਆ ਹੈ ਹਨਾ ਹਰ ਰੋਜ਼ ਜਿਹੜੀਆਂ ਫੈਮਿਲੀਜ਼ ਨੇ ਉਹ ਵੀ ਜਾ ਕੇ ਅਸੀਂ ਫੂਡ ਚੇਂਜ ਦੇ ਉੱਤੇ ਜਿੱਥੇ-ਜਿੱਥੇ ਆਪਣੇ ਅੱਜ ਫਲਾਣੇ ਥਾਂ ਮੈਂ ਆਊਟਿੰਗ ਕਰਦੇ ਨੇ ਸਾਰੇ ਜਾਣੇ ਪਹਿਲਾਂ ਜਿਹੜੀਆਂ ਆਊਟਿੰਗਾਂ ਸੀਗਾ ਨਾ ਕੋਈ ਮੇਕਅੱਪ ਸੀ ਤੇ ਉਹੀ ਸੋਹਣਿਆ ਉਹੀ ਲੇਡੀਜ਼ ਉਹੀ ਸੋਹਣੀਆਂ ਲੱਗਦੀਆਂ ਸੀਗੀਆਂ ਉਹਦੇ ਨਾਲ ਕੋਈ ਮੇਕਅਪ ਸੀ ਨਾ ਕੋਈ ਉਹਦਾ ਦੇ ਬੰਦੇ ਸੋਹਣੇ ਲੱਗਦੇ ਸੀ ਹਰ ਖੇਤਾਂ ਚ ਕੰਮ ਕਰਕੇ ਆਉਣਾ ਉਹ ਸਾਰਾ ਕੁਝ ਮੋਹ ਮੁਹੱਬਤ ਇਤਫਾਕ ਬਹੁਤ ਜਿਆਦਾ ਸੀਗਾ ਹੁਣ ਅਸੀਂ ਗਲੈਮਰ ਟੂਵਰਡਸ ਗਲੈਮਰ ਵਾਲੇ ਪਾਸੇ ਨੂੰ ਸਾਰੇ ਨੇ ਟ੍ਰਾਂਸਫਰ ਕਰ ਰਹੇ ਆ ਕੰਪੇਅਰ ਕਰਦੇ ਆ ਜਦੋਂ ਇੱਕ ਸੋਹਣੀ ਕੁੜੀ ਜਾਂ ਸੋਹਣਾ ਮੁੰਡਾ ਦਿਖਦਾ ਤੇ ਉਹਦੇ ਅਸੀਂ ਬ੍ਰਾਂਡਡ ਬਣਾਉਣ ਤੇ ਲੱਗੇ ਆ ਬੇਸਿਕਲੀ ਬ੍ਰਾਂਡ ਨਾਲ ਜਾਣੇ ਜਾਣੇ ਆ ਅਸੀਂ ਵੀ ਲਿਵਾਈਸ ਪਾਇਆ ਜਾਂ ਲਿਵਟਨ ਪਾਇਆ ਉਹਦੇ ਫਲਾਣੀ ਚੀਜ਼ ਹਰ ਇੱਕ ਚੀਜ਼ ਕੰਪੇਅਰ ਕਰਦੇ ਆ ਤਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਸੇਮ ਹੀ ਲਿਆਕਤ ਦੇ ਰਹੇ ਆ ਉਹਨਾਂ ਨੂੰ ਸੋਹਣੇ ਬਣਾਉਣ ਤੇ ਜ਼ੋਰ ਜਦ ਕਿ ਸਾਨੂੰ ਉਹਨਾਂ ਨੂੰ ਸਿਆਣੇ ਬਣਾਉਣਾ ਚਾਹੀਦਾ ਹੈ ਉਹਨਾਂ ਨੂੰ ਲਿਆਕਤ ਦੇਣੀ ਚਾਹੀਦੀ ਹੈ ਜਦੋਂ ਆਪ ਤੋਂ ਵੱਡਾ ਵੀ ਕਿਵੇਂ ਹੈ ਤੁਹਾਡਾ ਐਟੀਟਿਊਡ ਕੀ ਹੋਣਾ ਚਾਹੀਦਾ ਹੈ ਤੁਸੀਂ ਸਾਡੀ ਜਿਹੜੀ ਪਰੰਪਰਾ ਹੈ ਵੀ ਬੇਟਾ ਇਹ ਸਾਡੇ ਕਲੋਸ ਹੈਗੇ ਨੇ ਚਾਚੇ ਮਾਮੇ ਤਾਏ ਨੇ ਇਹਨਾਂ ਦੇ ਪਹਿਰੇ ਹੱਥ ਲਾ ਕੇ ਮਿਲਣਾ ਆਪਾਂ ਬੇਟਾ ਦੂਰੋਂ ਨਹੀਂ ਐਂਦਾ ਕਰਨਾ ਹਾਇ ਹੁਣ ਹੱਥ ਸੇਕਣ ਕਰਨ ਲੱਗੇ ਤਾਂ ਉਹ ਵੈਲਿਊਜ਼ ਖਤਮ ਹੋ ਗਈਆਂ ਸਾਰੇ ਅਸੀਂ ਬ੍ਰਾਂਡਡ ਬਣਾਉਣ ਤੇ ਲੱਗੇ ਹੈਨਾ ਬ੍ਰਾਂਡ ਤਾਂ ਆਪਣੇ ਆਪ ਨੂੰ ਪਰਮਾਤਮਾ 'ਗਰ ਅਰਦਾਸ ਕਰੋ ਆਪ ਬ੍ਰਾਂਡ ਬਣੋ ਕੋਈ ਵੀ ਕੱਪੜਾ ਪਾਵੇ ਤਾਂ ਉਹ ਬ੍ਰਾਂਡ ਬਣੇ ਅੱਛਾ ਬੀਨੂ ਜੀ ਹੁਣ ਆਪਾਂ ਗੇ ਗੇਮ ਹੀ ਖੇਡਦੇ ਐ ਨੇ ਤੁਸੀਂ ਜਿਹੜੀ ਵੀ ਐਂਕਰ ਆਉਂਦੀ ਐ ਤੇ ਜਿਹੜਾ ਵੀ ਐਂਕਰ ਆਉਂਦਾ ਹਰੇਕ ਕਹਿੰਦਾ ਚਲੋ ਗੇਮਾਂ ਖੇਡੀਏ ਹਨਾ ਪਰ ਕਹਿੰਦੇ ਮੈਨੂੰ ਐ ਲੱਗਦਾ ਦੇਖੋ ਮੈਂ ਬਾਲੀਵਾਲ ਵਧੀਆ ਖੇਡ ਲੈਣਾ ਹਨਾ ਐਥਲੈਟਿਕਸ ਕਰ ਲੈਣਾ ਤੁਸੀਂ ਸਾਰੇ ਜਣੇ ਕਾਗਜ਼ ਵਾਲੀਆਂ ਗੇਮਾਂ ਖੇਡਦੇ ਹੋ ਤੁਸੀਂ ਅਗਲੀ ਵਾਰੀ ਨਾ ਕੈਮਰੇ ਪੂਰੇ ਲਵਾ ਦਿਓ ਦੂਰ ਇੱਥੇ ਪੀਚੋ ਥੀੜੀਆਂ ਥੋੜੀਆਂ ਵਧੀਆ ਹਨਾ ਗੇਮਸ ਆ ਕੇ ਰੋ ਉੱਥੇ ਖੇਡਾਂਗੇ ਸੱਚੀ ਹਾਂ ਬਟ ਟ੍ਰਾਈ ਕਰਕੇ ਫਿਰ ਕੱਪੜੇ ਉੱਧਰ ਦੇ ਪਾ ਕੇ ਆਉਂਗੇ ਨਾ ਫਿਰ ਯੂ نو ਲਾਈਕ ਦਿਸ ਆਈ ਹਵ ਟੂ ਵੀ ਮੈਂ ਮੈਂ ਦੇਖਿਆ ਇੱਕ ਲੋ ਜਣੇ ਚੈਸਸ ਖੇਡ ਰਹ ਹਣਾ ਜੈ ਦੁਨੀਆ ਚੈਸ ਖੇਡਣਾ ਕਹਦਾ ਨਹੀਂ ਮੇਰਾ ਟਰੈਕਸੂਟ ਕਰੇ ਕੋਲ ਆਇਆ ਪੱਕਾ ਵੀ ਪ੍ਰੀਜ਼ਨ ਹੋ ਕਹਨੀਆ ਪਲੀਜ਼ ਨੋਟ ਡਾਊਨ ਕਰੇ ਜੇ ਨੈਕਸਟ ਫਿਲਮ ਵੀ ਆ ਇੰਟਰਵਿਊ ਹੋਗਾ ਸੋ ਆਪਾਂ ਗੇਮ ਖੇਡਾਂਗੇ ਹਾਂ ਟਰੈਕਸੂਟ ਐਂਡ ਸਪੋਰਟ ਸ਼ੂਜ਼ ਕੂਲ ਡਨ ਅੱਛਾ ਮਤਲਬ ਇੱਕ ਗੇਮ ਹੀ ਆ ਪਜ਼ਲ ਆ ਰਿਸ਼ਤੇ ਦਾ ਗੇਮ ਆ ਬੇਸਿਕਲੀ ਕਿਹੜੇ ਰਿਸ਼ਤੇ ਵਿੱਚ ਕਿਹੜਾ ਰਿਸ਼ਤਾ ਲੁਕਿਆ ਓਕੇ ਜੀ ਚਲੋ ਸਟਾਰਟ ਕਰਾਂ ਥੋੜਾ ਜਿਹੀ ਜਿਹੀ ਬੋਲੋ ਇਹਦਾ ਮਤਲਬ ਮੈਂ ਬਹੁਤ ਦਿਮਾਗੀ ਲੱਗਦਾ ਜਿਹੜਾ ਇੱਕਦਾਂ ਹੀ ਪੁੱਝ ਲੂ ਹਾਂ ਬਿਲਕੁਲ ਕੀ ਬਾਤ ਹੈ ਸੈਂਸ ਆਫ ਿਊਰ ਮਾੜਾ ਤੇ ਚਲੋ ਅੱਜ ਮੈਂ ਛੇਤੀ ਛੇਤੀ ਬੋਲੂਗੀ ਤੁਹਾਨੂੰ ਪਜ਼ਲ ਕਰਨ ਲਈ ਦੇਖੋ ਪਹਿਲਾ ਦੱਸਤਾ ਓਕੇ ਤੁਹਾਡੀ ਮਾਸੀ ਦੀ ਕੁੜੀ ਦੀ ਮੰਮੀ ਦੀ ਭੈਣ ਤੁਹਾਡੀ ਕੀ ਲਗੀ ਮਾਸੀ ਦੀ ਕੁੜੀ ਦੀ ਮੰਮੀ ਦੀ ਭੈਣ ਤੁਹਾਡੀ ਮੰਮੀ ਹੋ ਲੱਗੀ ਕੀ ਬਾਤ ਕਿਹਾ ਸੀ ਨਾ ਸੈਂਸ ਆਫ ਹਿਊਮਰ ਹੈ ਯਰੇ ਤੋ ਬਹੁਤ ਜੀਤੀ ਪੁੱਜ ਰਿਹਾ ਮਤਲਬ ਚਲੋ ਠੀਕ ਹੈ ਤੁਹਾਡੇ ਪਾਪਾ ਦੇ ਛੋਟੇ ਬ੍ਰਦਰ ਦੇ ਬੱਚਿਆ ਦੇ ਤਾਇਆ ਜੀ ਦੀ ਭੈਣ ਤੁਹਾਡੀ ਕੀ ਲਗੀ ਪੂਆ ਜੀ ਆਈ ਐਮ ਨੋਟ ਪਲੇਇੰਗ ਯਾਰ ਇੰਨੀ ਛੇਤੀ ਕਰ ਰਿਹਾ ਸਾਲ ਓਕੇ ਤੁਹਾਡੇ ਚਾਚੇ ਦੇ ਵੱਡੇ ਭਰਾ ਦੇ ਫਾਦਰ ਦੇ ਛੋਟੇ ਬੇਟੇ ਦੇ ਤੁਸੀਂ ਕੀ ਲਗੋਗੇ ਮੇਰੇ ਚਾਚੇ ਦੇ ਮੈਂ ਨਹੀਂ ਬੋਲਦਾ ਗੁਰੂ ਗੁਰੂ ਮੈਂ ਕਮੈਂਟਸ ਵਿੱਚ ਮੇਰੇ ਚਾਚੇ ਦੇ ਓਕੇ ਦਿਸਟਾਰਟ ਕਲਰ ਨੂੰ ਮੜਾ ਓਟਾ ਤੁਹਾਡੇ ਚਾਚੇ ਦੇ ਵੱਡੇ ਭਰਾ ਦੇ ਫਾਦਰ ਦੇ ਛੋਟੇ ਬੇਟੇ ਦੇ ਤੁਸੀਂ ਕੀ ਲਗੋਗੇ ਮੇਰੇ ਚਾਚੇ ਦੇ ਵੱਡੇ ਭਰਾ ਦੇ ਫਾਦਰ ਦੇ ਬਸ ਮੈਂ ਨਹੀਂ ਬੋਲਦਾ ਇੱਕ ਮੈਨੂੰ ਨਹੀਂ ਪਤਾ ਕਿ ਮੈਨੂੰ ਸਮਝ ਨਹੀਂ ਆਈ ਦੇਖੋ ਮੇਰੇ ਮੇਰੇ ਚਾਚੇ ਦੇ ਚਾਚੇ ਦੇ ਵੱਡੇ ਭਰਾ ਦੇ ਫਾਦਰ ਦੇ ਛੋਟੇ ਬੇਟੇ ਦੇ ਤੁਸੀਂ ਕੀ ਲਗੋਗੇ ਮੇਰੇ ਚਾਚੇ ਦੇ ਭਰਾ ਦੇ ਫਾਦਰ ਦੇ ਛੋਟੇ ਬੇਟੇ ਦੇ ਛੋਟੇ ਬੇਟੇ ਦੇ ਤੁਸੀਂ ਕੀ ਲਗੋ ਮੈਂ ਤਾਂ ਭਰਾ ਹੀ ਲਗੂਗਾ ਕਿਵੇਂ ਕਰਜੇ ਮੇਰੇ ਚਾਚੇ ਦੇ ਫਾਦਰ ਦੇ ਮੇਰੇ ਚਾਚੇ ਦੇ ਭਰਾ ਦੇ ਫਾਦਰ ਦੇ ਛੋਟੇ ਬੇਟੇ ਦੇ ਤੁਸੀਂ ਕੀ ਲਗੋ ਭਤੀਜੇ ਚਲੋ ਕਿੱਥੇ ਦਾ ਕਨਫਿਊਜ਼ ਕੀਤਾ ਮੈਨੂੰ ਸੈਟੀਸਫੈਕਸ਼ਨ ਹੋ ਜਾਊਗੀ ਮੇਰੀ ਗੇਮ ਪੂਰੀ ਪਹਜੂਗੀ ਓਕੇ ਲਾਸਟ ਇਹ ਮੈਂ ਪੁੱਛਤੀ ਹੋਲੂਗੀ ਤੁਹਾਡੇ ਛੋਟੇ ਭਰਾ ਦੇ ਪਿਓ ਦੀ ਭੈਣ ਦੀ ਬੇਟੀ ਦੇ ਪਿਓ ਦੇ ਪਿਓ ਤੁਹਾਡਾ ਕੀ ਲੱਗਿਆ ਤੂੰ ਜਾਣ ਕੇ ਪਾ ਸਕਦਾ ਕਿ ਤਕ 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 ਕਰ ਦੇ। ਰਾਮਨ ਸਿੰਘ ਆਮੇਕ ਮਿੰਟ ਬੁੱਝ ਲਾ। ਹਾਂ ਹੀ ਤਕੀ। ਸੋ ਓਕੇ ਸੋ ਮੇਰੇ ਇੱਕ ਮਜ਼ਦਾਨ ਬੋਲੋ। ਓਕੇ ਓਕੇ ਲਾਸਟ ਠੀਕ ਆ। ਤੁਹਾਡੇ ਛੋਟੇ ਭਰਾ ਦੇ ਪਿਓ ਦੀ ਭੈਣ ਦੀ ਬੇਟੀ ਦੇ ਪਿਓ ਦਾ ਤੁਹਾਡਾ ਕੀ ਲੱਗਿਆ? ਉਹ ਇਹ ਤੁਸੀਂ ਵੀ ਕਨਫਿਊਜ਼ ਹੋ। ਹੈ ਨਾ? ਮੈਨੂੰ ਲੱਗ ਨਹੀਂ ਰਿਹਾ ਸਹੀ। ਜਦੋਂ ਮੈਨੂੰ ਬਹੁਤ ਫਾਸ ਦੇਖੋ ਦੇ ਚੀਜ਼ ਕੋਈ ਲੱਭਣੀ ਹੋਵੇ ਨਾ ਤਾਂ ਉਹਨੂੰ ਰਾਮ ਨਾਲ ਦੱਸੋ ਮੈਂ ਜਾ ਕੇ ਆਉਂਦਾ। ਤਾਂ ਕਿ ਤੁਸੀਂ ਤੋਂ ਪਤਾ ਲੱਗ ਜਾਏ। ਨਹੀਂ ਤਾਂ ਉਹ ਤੁਸੀਂ ਫਟਾਫਟ ਮੈਂ ਤਾਂ ਮਤ ਉਹ ਰਾਈਮ ਚੀਜ਼ ਉਲਝ ਗਿਆ। ਰਹਤ ਸੁਫਾਸ ਨਾ ਕਰ ਹਾਂਜੀ ਤੁਹਾਡੇ ਛੋਟੇ ਭਰਾ ਦੇ ਪਿਓ ਦੀ ਭੈਣ ਦੀ ਬੇਟੀ ਦਾ ਪਿਓ ਤੁਹਾਡਾ ਕੀ ਲੱਗਿਆ ਛੋਟੇ ਭਰਾ ਦੀ ਫਾਦਰ ਪਿਓ ਪਿਓ ਮੇਰੇ ਛੋਟੇ ਭਰਾ ਦੇ ਪਿਓ ਦੀ ਬੇਟੀ ਸਹੀ ਹੈ ਨਾ ਦੀ ਭੈਣ ਦੀ ਬੇਟੀ ਦੀ ਭੈਣ ਦੀ ਬੇਟੀ ਦਾ ਪਿਓ ਤੁਹਾਡਾ ਕੀ ਲੱਗਿਆ ਮੇਰੇ ਛੋਟੇ ਭਰਾ ਦੇ ਫਾਦਰ ਦੀ ਬੇਟੀ ਇਸ ਸਭ ਤੋਂ ਸੌਖਾ ਆਏਗਾ ਤੁਸੀਂ ਐਂ ਵਿੱਚ ਬੋਲੋਗੇ ਮੈਨੂੰ ਸਭ ਤੋਂ ਸੌਖਾ ਮੈਨੂੰ ਪਤਾ ਹੈ ਦੇਖੋ ਦੁਬਾਰੇ ਹਾਂ ਮੈਨੂੰ ਪਤਾ ਹੈ ਦੇਖੋ ਦੁਬਾਰਾ ਮੈਂ ਤੁਸੀਂ ਲੰਮਾ ਲੰਮਾ ਕਰਦਾ ਨਾ ਬਹੁਤ ਚਲਾਕ ਨੇ ਬਹੁਤ ਚਲਾਕ ਮਹਲਾਲੇ ਸਾਹਿਬ ਤੁਹਾਡੇ ਛੋਟੇ ਭਰਾ ਦੇ ਪਿਓ ਦੀ ਭੈਣ ਦੀ ਬੇਟੀ ਦਾ ਪਿਓ ਤੁਹਾਡਾ ਕੀ ਲੱਗਿਆ ਐਂ ਦੀ ਬੇਟੀ ਮੇਰੇ ਮੇਰੇ ਪੂਆ ਅੱਛਾ ਕਹੋ ਹਾਰ ਮੰਨਜੋ ਹਾਰ ਮੰਨਜੋ ਨਾ ਮੇਰੀ ਭੈਣ ਮੇਰੇ ਪੂਆ ਦੀ ਮੈਂ ਨਹੀਂ ਹੋਣਾ ਤੁਸੀਂ ਬੇਟੀ ਦਾ ਫਾਦਰ ਕਿਹੜਾ ਫੁੱਫੜ ਫੁੱਫੜ ਜੀ ਫਿਲਮ ਆ ਰਹੀ ਹੈ ਜੀ ਸਾਰਿਆਂ ਨੇ ਦੇਖਣੀ ਹੈ ਮੈਂ ਉਹ ਤੱਕ ਪਹੁੰਚਣਾ ਚਾਹ ਰਿਹਾ ਸੀ ਕਨੈਕਟੀਵਿਟੀ ਬਣਾਉਣਾ ਸੀ ਮੈਂ ਕਿਹਾ ਦੇਖਾਂ ਇੱਕ ਵਾਰੀ ਚਲੋ ਇਸ ਲਈ ਤਾਂ ਮੈਂ ਆ ਪਾਇਆ ਕਿ ਵੀ ਆਪਾਂ ਫਿਲਮ ਨੂੰ ਪ੍ਰਮੋਟ ਕਰੀਏ ਐਨੀ ਹਾਉ ਯਾ ਆਪ ਉੱਪਰ ਦੀ ਆ ਰਹੀ ਹੈ ਜੀ 11 ਨਵੰਬਰ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਜ਼ਰੂਰ ਜਾ ਕੇ ਦੇਖ ਕੇ ਆਇਓ ਬਹੁਤ ਕਮਾਲ ਦੀ ਮੂਵੀ ਹੈ ਐਂਡ ਬਟ ਅਕਲ ਤੈ ਮੈਂ ਨਾ ਜੀ ਖਾਸ ਤੌਰ ਤੇ ਖਿਆਲ ਲੱਗਦਾ ਉਹਨਾਂ ਵੀ ਸਾਰੇ ਜਣੇ ਕਦੇ ਵੀ ਕਿਸੇ ਫਾਦਰ ਦੇ ਸਾਹਮਣੇ ਧੀ ਨੂੰ ਅੱਖਾਂ ਨਹੀਂ ਮੀਂਹਣੇ ਕਰਨੀਆਂ ਪੈਂਣ ਫਿਲਮ ਦੇਖ ਕੇ ਐਂਡ ਕਿਸੇ ਭਰਾ ਦੇ ਸਾਹਮਣੇ ਕਿਸੇ ਭੈਣ ਨੂੰ ਅੱਖਾਂ ਨਹੀਂ ਮੀਂਹਣਾ ਕਰਨੇ ਸਾਰੇ ਜਾਣੇ ਪਰਿਵਾਰਕ ਫਿਲਮ ਸਾਰੇ ਜਾਣੇ ਪਰਿਵਾਰ ਦੇ ਵਿੱਚ ਬਜ਼ੁਰਗਾਂ ਨਾਲ ਮਾਤਾਵਾਂ ਨਾਲ ਬੱਚਿਆਂ ਨਾਲ ਬੈਠ ਕੇ ਮੇਰੀ মুਵੀ ਇੰਜੋਏ ਕਰ ਸਕਦੇ ਜੀ ਬਿਲਕੁਲ ਬਹੁਤ ਬਹੁਤ ਸੋਹਣੀ ਗੱਲ ਜੀ ਤੇ ਥੈਂਕ ਯੂ ਸੋ ਮੱਚ ਫॉर ਟਾਕਿੰਗ ਟੂ ਅਸ ਤੇ ਅਸੀਂ ਜਾਵਾਂਗੇ ਫਿਲਮ ਜ਼ਰੂਰ ਦੇਖਾਂਗੇ ਮੈਂ ਸਾਰੇ ਨੂੰ ਜ਼ਰੂਰ ਕਹੂੰਗੀ ਐਂਡ ਆਮ ਸ਼ੋਰ ਜੋ ਵੀ ਅਸੀਂ ਗੱਲਾਂ ਕੀਤੀ अबाउट ਰਿਲੇਸ਼ਨਸ ਯਾ ਅੱਜ ਦੀ ਜਿਹੜੀ ਜਨਰੇਸ਼ਨ ਆ ਰਿਸ਼ਤਿਆਂ ਨੂੰ ਭੁੱਲ ਰਹੀ ਆਮ ਸ਼ੋਰ ਇਸ ਫਿਲਮ ਦੇ ਵਿੱਚ ਜਾ ਕੇ ਰ ਤੁਹਾਡਾ ਆਪਣੀ ਸੇਧ ਦਾ ਖਿਆਲ ਰੱਖੋ 11 ਨਵੰਬਰ ਨੂੰ ਸਾਡੀ ਫਿਲਮ ਸਿਨੇਮਾ ਗ੍ਰਾਮ ਵਿੱਚ ਫੁੱਫੜ ਜੀ ਜ਼ਰੂਰ ਦੇਖ ਕੇ ਆਓ ਜੀ। थैंक यू सो मच बीनु ਜੀ ਇਵਾਜ਼ ਆਲਵੇਜ਼ लवली टॉकिंग। थैंक यू। ਸੋ ACG ਬੀਨੂ ਟਿਲੋ ਮੇਰੇ ਨਾਲ ਜਿਹਨਾਂ ਦੀ ਫਿਲਮ ਆ ਰਹੀ ਹੈ ਫੁੱਫੜ ਜੀ ਜ਼ਰੂਰ ਜਾ ਕੇ ਦੇਖਣੀ ਆ ਤੇ ਬਹੁਤ ਚੰਗਾ ਜਿਹੜਾ ਮੈਸੇਜ ਬੀਨੂ ਨਾਲ ਨਾਲ ਬਹੁਤ ਸਾਰੀ ਕਾਮੇਡੀ ਹੈ ਐਜ਼ ਆਲਵੇਜ਼ ਤੁਸੀਂ ਬਹੁਤ ਇੰਜੋਏ ਕਰੋਗੇ ਕਿਉਂਕਿ ਬੀਨੂ ਜੀ ਕਹਿੰਦੇ ਨੇ ਹੱਸਣਾ ਵੀ ਜ਼ਰੂਰੀ ਹੈ। थैंक यू सो मच फॉर वाचिंग अस। ਦਿਸ ਇਜ਼ ਮੀ ਸੁਰਾਲੀ ਸਾਈਨਿੰਗ ਆਫ।